ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਵੀ ਸਾਰੇ 1 ਜੂਨ ਤੋਂ ਲੈ ਕੇ 8-9 ਜੂਨ ਤੱਕ ਇਸ ਹਫ਼ਤੇ ਦੇ ਦੌਰਾਨ ਸ਼ਹੀਦ ਹੋਏ, ਉਹਨਾਂ ਦੀ ਯਾਦ ਦੇ ਵਿੱਚ ਸਮੁੱਚਾ ਸਿੱਖ ਜਗਤ ਪੂਰੇ ਵਿਸ਼ਵ ਭਰ ਦੇ ਵਿੱਚ ਘੱਲੂਘਾਰਾ ਹਫ਼ਤਾ ਮਨਾਉਂਦਾ, ਉਹਨਾਂ ਸ਼ਹੀਦਾਂ ਨੂੰ ਯਾਦ ਕਰਦਾ। ਉਹ ਕਿਸ ਤਰ੍ਹਾਂ ਉੱਥੇ ਜੂਝੇ, ਉਸ ਨੂੰ ਯਾਦ ਕਰਦਾ, ਅਤੇ ਉਹ ਜਿਸ ਆਦਰਸ਼ ਦੇ ਲਈ ਲੜੇ, ਉਸ ਆਦਰਸ਼ ਨੂੰ ਪੂਰਾ ਕਰਨ ਦੇ ਲਈ ਗੁਰੂ ਦੇ ਅੱਗੇ ਅਹਿਦ ਕਰਦਾ। ਸੋ ਜਿੰਨਾ ਕੁ ਸਮਾਂ ਮੇਰੇ ਕੋਲ ਹੈ, 15-20 ਮਿੰਟ ਦਾ, ਇਹਨਾਂ 15-20 ਮਿੰਟ ਦੇ ਦੌਰਾਨ ਮੈਂ ਤੁਹਾਡੇ ਨਾਲ 2-3 ਵਿਚਾਰਾਂ ਕਰਨੀਆਂ। ਇੱਕ ਕਿ ਇਸ ਜਿਹੜਾ ਐਡਾ ਵੱਡਾ ਇਹ ਸਾਡੇ ਸਮਿਆਂ ਦਾ ਘੱਲੂਘਾਰਾ ਹੋਇਆ, ਪਿਛਲਾ 300 ਸਾਲ ਦਾ ਇਤਿਹਾਸ ਹੈ ਜਿਹਦੇ ਵਿੱਚ 3 ਵੱਡੇ ਘੱਲੂਘਾਰੇ ਸਿੱਖਾਂ ਦੇ ਵਿੱਚ ਮੰਨੇ ਗਏ। ਇੱਕ ਘੱਲੂਘਾਰਾ ਮੁਗਲ ਦਰਬਾਰ ਦੇ ਅਹਿਲਕਾਰ, ਜਿਹੜਾ ਪਹਿਲਾ ਘੱਲੂਘਾਰਾ ਉਹ ਮੁਗਲ ਦਰਬਾਰ ਦਾ ਜੋ ਅਹਿਲਕਾਰ ਲੱਖੂ ਸੀਗਾ, ਉਸ ਦੇ ਵਕਤ ਹੋਇਆ। ਦੂਸਰਾ ਘੱਲੂਘਾਰਾ ਜੋ ਅਫਗਾਨ ਬਾਦਸ਼ਾਹ ਅਬਦਾਲੀ, ਉਸ ਵੱਲੋਂ ਕੀਤਾ ਗਿਆ। ਅਤੇ ਤੀਜਾ ਘੱਲੂਘਾਰਾ ਜਿਹੜਾ ਉਹ ਦਿੱਲੀ ਦਰਬਾਰ ਦੀ ਜੋ ਬਿੱਪਰ ਸਰਕਾਰ ਹੈ, ਉਸ ਦੇ ਵੱਲੋਂ 84 ਦੇ ਵਿੱਚ ਵਰਤਾਇਆ ਗਿਆ। ਤੋ ਇੱਕ ਬਹੁਤ ਵੱਡੀ ਘਟਨਾ, ਅਤੇ ਇਸ ਘਟਨਾ ਦੇ ਸੰਬੰਧ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਮੁੱਖ ਰੂਪ ਦੇ ਵਿੱਚ ਵਿਚਾਰ ਹੁੰਦਾ, ਉਹ ਇਸ ਘਟਨਾ ਦੇ ਵਿੱਚ ਸਿੱਖਾਂ ਵੱਲੋਂ ਜੋ ਪੇਸ਼ ਕੀਤਾ ਜਾਂਦਾ, ਉਹ ਜਿਸ ਤਰੀਕੇ ਦੇ ਨਾਲ ਲੜੇ ਉਹਦੇ ਸੰਬੰਧੀ ਜ਼ਿਆਦਾ ਹੁੰਦਾ। ਉਸ ਬਿਰਤਾਂਤ ਤੋਂ ਸਿੱਖ ਉਤਸ਼ਾਹ ਲੈਂਦੇ, ਪ੍ਰੇਰਣਾ ਲੈਂਦੇ, ਪਰ ਜਿੰਨਾ ਕੁ ਸਮਾਂ ਥੋੜ੍ਹਾ ਹੈ, ਇਸ ਕਰਕੇ ਮੈਂ ਇਸ ਗੱਲ ਵੱਲ ਨਾ ਜ਼ਿਆਦਾ ਜਾਂਦਾ ਹੋਇਆ ਕਿ ਉਹ ਕਿਸ ਤਰੀਕੇ ਦੇ ਨਾਲ ਲੜੇ। ਇਸ ਜੰਗ ਦੇ ਦੀ ਵਜ੍ਹਾ, ਜਿਸ ਵਜ੍ਹਾ ਕਰਕੇ ਇਹ ਐਡਾ ਵੱਡਾ ਵਰਤਾਰਾ ਹੋਇਆ, ਉਹਦੇ ਸੰਬੰਧੀ ਮੈਂ ਯਤਨ ਕਰਾਂਗਾ, ਜਿੰਨੀ ਕੁ ਪਾਤਸ਼ਾਹ ਨੇ ਮੈਨੂੰ ਸੋਝੀ ਬਖਸ਼ੀ, ਕਿ ਉਹਦੇ ਸੰਬੰਧੀ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕਰ ਸਕਾਂ। ਸੋ ਪਹਿਲਾਂ ਮੈਂ ਉਸ 2-3 ਨੁਕਤਿਆਂ ਦੀ ਤੁਹਾਡੇ ਨਾਲ ਸਾਂਝ ਪਵਾਉਣਾ ਜਿਹੜੇ ਪ੍ਰਚਲਿਤ ਹੈ ਵਜ੍ਹਾ ਦੇ ਤੌਰ 'ਤੇ, ਅਤੇ ਇਹ ਐਡਾ ਵੱਡਾ ਜੰਗ ਕਿਉਂ ਹੋਇਆ। ਤੋ ਇਹ ਜੋ ਪ੍ਰਚਲਿਤ ਧਾਰਨਾਵਾਂ ਨੇ, ਉਹ ਸਿੱਖਾਂ ਦੇ ਆਪਦੇ ਵਿਦਵਾਨਾਂ ਵੱਲੋਂ ਵੀ ਨੇ, ਜਾਂ ਜੋ ਦਿੱਲੀ ਦਰਬਾਰ ਦੇ ਦਰਬਾਰੀ ਵਿਦਵਾਨ, ਐਨਾਲਿਸਟ, ਪੱਤਰਕਾਰ, ਉਹਨਾਂ ਦੀਆਂ ਸਾਂਝੀਆਂ ਨੇ। ਇੱਕ ਤਾਂ ਇਹ ਦਲੀਲ ਦਿੱਤੀ ਜਾਂਦੀ ਕਿ ਇਸ ਦੇ ਪਿੱਛੇ ਜੋ ਕਾਰਨ ਸੀਗਾ, ਉਹ 2 ਪੋਲੀਟੀਕਲ ਪਾਰਟੀਆਂ ਦੀ ਆਪਸੀ ਲੜਾਈ ਸੀ, ਭਾਵ ਕਾਂਗਰਸ ਅਤੇ ਅਕਾਲੀ ਦਲ ਦੀ ਆਪਸੀ ਪੋਲੀਟੀਕਲ ਲੜਾਈ ਸੀਗੀ, ਜਿਹਦਾ ਨਤੀਜਾ ਇਸ ਵੱਡੇ ਘੱਲੂਘਾਰੇ ਦੇ ਰੂਪ ਦੇ ਵਿੱਚ ਨਿਕਲਿਆ। ਦੂਜੀ ਦਲੀਲ ਇਹ ਦਿੱਤੀ ਜਾਂਦੀ ਕਿ ਬੀਬੀ ਇੰਦਰਾ ਗਾਂਧੀ ਵੋਟਾਂ ਦੇ ਵਿੱਚ ਜਿੱਤਣ ਦੇ ਲਈ, ਉਹਦੇ ਕੋਲ ਕੋਈ ਵੱਡਾ ਨੁਕਤਾ ਨਸ ਰਹਿ ਗਿਆ ਹੈ ਜਿਸ ਦੇ ਆਧਾਰ 'ਤੇ ਉਹ ਵੋਟ ਜਿੱਤ ਸਕੇ, ਕਿਉਂਕਿ 84 ਦੇ ਅਖੀਰ ਦੇ ਵਿੱਚ ਇੰਡੀਆ ਦੀਆਂ ਜਨਰਲ ਇਲੈਕਸ਼ਨਸ ਡਿਊ ਸੀਗੀਆਂ, ਉਹਨੇ ਇਲੈਕਸ਼ਨ ਜਿੱਤਣ ਦੇ ਲਈ ਇਹ ਕਾਰਾ ਕੀਤਾ। ਅਤੇ ਤੀਜੀ ਇੱਕ ਵਜ੍ਹਾ ਇਹ ਵੀ ਗਿਣਾਈ ਜਾਂਦੀ ਕਿ 1975 ਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸ਼ਹੀਦੀ ਪੁਰਬ ਮਨਾਇਆ ਗਿਆ 300 ਸਾਲਾ ਦਿੱਲੀ ਦੇ ਵਿੱਚ, ਉਸ ਵਕਤ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰੋਗਰਾਮ ਹੋਏ। ਦਿੱਲੀ ਦੇ ਦੀਵਾਨ ਦੇ ਵਿੱਚ ਬੀਬੀ ਇੰਦਰਾ ਵੀ ਆਈ, ਔਰ ਉਸ ਦੇ ਆਮਦ ਦੇ ਵੇਲੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕੁਛ ਸਿੱਖ ਲੀਡਰ ਉੱਠ ਕੇ ਉਹਦੇ ਸਤਿਕਾਰ 'ਚ ਖੜ੍ਹੇ ਹੋ ਗਏ। ਤੋ ਉਸ ਵਕਤ ਦੇ ਦਮਦਮੀ ਟਕਸਾਲ ਦੇ ਜੋ ਮੁਖੀ ਸੀਗੇ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ, ਉਹਨਾਂ ਨੇ ਉੱਥੇ ਜਿਹੜੇ ਲੀਡਰ ਸੀਗੇ ਉਹ ਬੀਬੀ ਦੇ ਸਤਿਕਾਰ 'ਚ ਖੜ੍ਹੇ ਹੋਏ,
ਉਹਨਾਂ ਨੂੰ ਇਸ ਗੱਲ ਦੇ ਲਈ ਮਿਹਣਾ ਦਿੱਤਾ ਕਿ ਤੁਸੀਂ ਪਾਤਸ਼ਾਹ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ, ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ ਕਿ ਤੁਸੀਂ ਇੱਕ ਮਨੁੱਖ ਦੇ ਲਈ ਪਾਤਸ਼ਾਹ ਦੀ ਹਜ਼ੂਰੀ 'ਚ ਉੱਠ ਕੇ ਖੜ੍ਹੇ ਹੋ ਗਏ। ਅਤੇ ਉਹਨਾਂ ਨੇ ਇਹ ਗੱਲ ਵੀ ਆਖੀ ਕਿ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਨਾ ਹੁੰਦੇ ਤਾਂ ਸ਼ਾਇਦ ਬੀਬੀ ਇੱਥੇ ਬੁਰਕਾ ਪਾ ਕੇ ਜਾਂ ਹਿਜਾਬ ਪਾ ਕੇ ਆਉਂਦੀ। ਤੋ ਇਹਨਾਂ ਦੇ ਉੱਤੇ ਸਾਡਾ ਅਹਿਸਾਨ ਹੈ, ਇਹਨਾਂ ਦੇ ਲਈ, ਇਹਨਾਂ ਦੇ ਅਦਬ ਲਈ ਅਸੀਂ ਗੁਰੂ ਦੀ ਬੇਅਦਬੀ ਕਰੀਏ, ਇਹ ਸਿੱਖ ਲਈ ਯੋਗ ਨਹੀਂ ਹੈ। ਔਰ ਇਹ ਗੱਲਾਂ ਉਹਨਾਂ ਨੇ ਬੀਬੀ ਇੰਦਰਾ ਗਾਂਧੀ ਦੀ ਹਜ਼ੂਰੀ 'ਚ ਕਹੀਆਂ। ਤਾਂ ਕੁਛ ਲੋਕਾਂ ਦਾ ਇਹ ਖਿਆਲ ਹੈ ਵੀ ਇਸ ਘਟਨਾ ਤੋਂ ਬਾਅਦ ਬੀਬੀ ਇੰਦਰਾ ਦੇ ਮਨ ਦੇ ਵਿੱਚ ਦਮਦਮੀ ਟਕਸਾਲ ਪ੍ਰਤੀ ਰੰਜਿਸ਼ ਪੈਦਾ ਹੋ ਗਈ ਅਤੇ ਜਿਹਦਾ ਉਹਨੇ ਬਦਲਾ ਲੈਣ ਦੇ ਲਈ ਇਹ ਕਾਰਾ ਕੀਤਾ। ਸੋ ਮੈਂ ਸਮਝਣਾ ਕਿ ਇਹ ਜਿੰਨੀਆਂ ਵੀ ਘਟਨਾ ਤਿੰਨ ਵਜ੍ਹਾ ਹਨ, ਮੈਂ ਨਹੀਂ ਕਹਿੰਦਾ ਕਿ ਇਹ ਨਿਰਮੂਲ ਹੈ ਜਾਂ ਇਹਨਾਂ ਦਾ ਕੋਈ ਵਜ਼ਨ ਨਹੀਂ ਹੈ। ਇਹ ਤਿੰਨੇ ਹੀ ਜੋ ਨੁਕਤੇ ਹੈ ਇਹਨਾਂ ਦਾ ਆਪਣਾ ਵਜ਼ਨ ਹੈ, ਪਰ ਗੱਲ ਇਸ ਤੋਂ ਜ਼ਿਆਦਾ ਵਧੇਰੇ ਗੰਭੀਰ ਅਤੇ ਇਸ ਤੋਂ ਜ਼ਿਆਦਾ ਵਧੇਰੇ ਡੂੰਘੀ। ਉਹ ਇਸ ਤਰ੍ਹਾਂ ਕਿ ਜੇ ਤੁਸੀਂ ਥੋੜ੍ਹਾ ਜਿਹਾ ਧਿਆਨ ਦੇ ਨਾਲ ਦੇਖੋ ਕਿ ਸਿੱਖਾਂ ਦੇ ਪ੍ਰਤੀ ਜੋ ਦਿੱਲੀ ਦਰਬਾਰ ਦਾ ਵਤੀਰਾ ਹੈ, ਉਹ 77 ਦੇ ਅੱਧ ਤੋਂ ਬਾਅਦ, 78 ਦੇ ਸ਼ੁਰੂ ਤੋਂ ਹੀ, 77 ਦੇ ਅੱਧ ਦੇ ਪਾਸ ਤੋਂ ਹੀ ਸਿੱਖਾਂ ਦੇ ਪ੍ਰਤੀ ਹੋਸਟਾਈਲ ਹੋ ਗਿਆ ਸੀਗਾ। ਉਸ ਵਕਤ ਤਾਂ ਇੰਦਰਾ ਗਾਂਧੀ ਦੀ ਸਰਕਾਰ ਨਹੀਂ ਸੀਗੀ, ਉਸ ਵਕਤ ਤਾਂ ਜਨਤਾ ਪਾਰਟੀ ਦੀ ਸਰਕਾਰ ਸੀਗੀ, ਅਕਾਲੀ ਦਲ ਵੀ ਵਿੱਚ ਭਾਈਵਾਲ ਸੀਗਾ ਉਹਦੇ। ਦੂਸਰੀ ਗੱਲ ਜੇ ਆਪਾਂ ਵੋਟਾਂ ਜਿੱਤਣ ਦੀ ਕਰੀਏ ਤਾਂ ਵੀ ਮੈਂ ਉਹੀ ਦਲੀਲ, ਉਹੀ ਤਰਕ ਹੈ ਕਿ ਇਹ ਗੱਲ ਬਿਲਕੁਲ ਇਲੈਕਸ਼ਨ ਯੀਅਰ 'ਚ 84 'ਚ ਨਹੀਂ ਸ਼ੁਰੂ ਹੋਈ ਸੀਗੀ, ਇਹ ਤਾਂ 78 ਤੋਂ 77 ਤੋਂ ਸ਼ੁਰੂ ਹੋ ਗਈ ਸੀਗੀ। ਤਾਂ ਉਸ ਤੋਂ ਜ਼ਿਆਦਾ ਵੱਡੇ ਕਾਰਨ ਹੈ। ਦੂਜੀ ਗੱਲ ਇਹ ਵੀ ਹੈ ਕਿ ਕੋਈ ਐਡਾ ਵੱਡਾ ਮੁਲਕ ਹੈ ਜਿਹਦੇ ਬੜੇ ਸਟਰੋਂਗ ਇੰਸਟੀਟਿਊਸ਼ਨਸ ਹੈਗੇ, ਜਿਨ੍ਹਾਂ ਦੇ ਉੱਤੇ ਇੰਡੀਆ ਮਾਣ ਕਰਦਾ ਕਿ ਇੰਡੀਆ ਦੀ ਜੁਡੀਸ਼ਰੀ, ਇੰਡੀਆ ਦੀ ਐਗਜ਼ੀਕਿਊਟਿਵ ਬਿਊਰੋਕ੍ਰੇਸੀ ਔਰ ਇੰਡੀਆ ਦੀ ਪਾਰਲੀਮੈਂਟ, ਇੰਡੀਆ ਦੀ ਪ੍ਰੈਸ, ਇਹ ਸਾਰੀਆਂ ਆਪਣੇ ਆਪ ਦੇ ਵਿੱਚ ਉਹ ਕਹਿੰਦੇ ਨੇ ਵੀ ਇੰਡੀਪੈਂਡੈਂਟ ਵਿਚਰਦੀਆਂ ਨੇ। ਉਹਦੇ ਉੱਤੇ ਆਪਣਾ ਮਤਭੇਦ ਹੋ ਸਕਦਾ, ਪਰ ਜਿੱਥੇ ਐਡੀਆਂ ਸਟਰੋਂਗ ਇੰਸਟੀਟਿਊਸ਼ਨ ਹੋਣ ਉੱਥੇ ਇੱਕ ਬੰਦੇ ਦੀ ਇੱਛਾ ਦੇ ਨਾਲ ਦੁਨੀਆ ਦੇ ਇੱਕ ਬਹੁਤ ਵੱਡੇ ਧਰਮ ਦੇ ਉੱਤੇ ਕੇਂਦਰੀ ਸਥਾਨ 'ਤੇ ਹਮਲਾ ਨਹੀਂ ਕੀਤਾ ਜਾ ਸਕਦਾ ਹੈ। ਤਾਂ ਦੋ ਬੰਦਿਆਂ ਦੀ ਰੰਜਿਸ਼ ਦਾ ਇਹ ਨਤੀਜਾ ਨਹੀਂ ਹੈ। ਸੋ ਇਸ ਦੇ ਪਿੱਛੇ ਜੋ ਕਾਰਨ ਨੇ ਉਹ ਸਮਝਣ ਦੇ ਲਈ ਸਾਨੂੰ ਥੋੜ੍ਹਾ 77-78 ਤੋਂ ਵੀ ਪਿੱਛੇ ਜਾਣਾ ਪੈਣਾ, ਤਾਂ ਸਾਨੂੰ ਸ਼ਾਇਦ ਇਸ ਵਰਤਾਰੇ ਦੀ ਸਮਝ ਲੱਗ ਸਕੇ। ਸੋ ਇੱਕ ਬੁਨਿਆਦੀ ਨੁਕਤਾ ਮੈਂ ਸਮਝਣਾ ਕਿ ਸਾਰਾ ਇਹ ਵਿਚਾਰ ਕਰਨ ਤੋਂ ਪਹਿਲਾਂ ਆਪਣੇ ਮਨ ਦੇ ਵਿੱਚ ਹੋਣਾ ਚਾਹੀਦਾ, ਉਹ ਇਹ ਕਿ ਜੇ ਕਿਸੇ ਦੇ ਵਿੱਚ ਕੋਈ ਗੁਣ ਨਾ ਹੋਏ, ਜਾਣੀ ਕਿ ਔਗਣਾ ਭਰਪੂਰ ਮਨੁੱਖ ਹੋਏ, ਤਾਂ ਉਸ ਦੇ ਕੋਈ ਬਹੁਤੇ ਜ਼ਿਆਦਾ ਵਿਰੋਧੀ ਨਹੀਂ ਹੁੰਦੇ। ਲੋਕ ਖੁੰਦਕ ਉਸ ਬੰਦੇ ਨਾਲ ਹੀ ਰੱਖਦੇ ਨੇ ਜਿਹਦੇ 'ਚ ਗੁਣ ਹੋਣ। ਗੁਣਹੀਣ ਬੰਦੇ ਦਾ, ਜਿਹਦੀ ਕੋਈ ਪ੍ਰਾਪਤੀ ਨਹੀਂ ਹੈ, ਉਹਦੇ ਨਾਲ ਕਿਸੇ ਨੇ ਖੁੰਦਕ ਕਿਉਂ ਕਰਨੀ ਹੈ? ਤਾਂ ਜਿੰਨੇ ਤੁਹਾਡੇ ਦੇ ਵਿੱਚ ਗੁਣ ਹੋਣਗੇ, ਤੁਹਾਡੇ ਪ੍ਰਤੀ ਸਾੜਾ, ਤੁਹਾਡੇ ਪ੍ਰਤੀ ਦੁਵੈਸ਼, ਈਰਖਾ ਉਨੀ ਵੱਧਦੀ ਜਾਂਦੀ। ਤਾਂ ਉਹ ਗੁਣ ਕਿਹੜੇ ਨੇ ਉਹ ਸਾਨੂੰ ਲੱਭਣ ਦੀ ਲੋੜ ਹੈ, ਜਿਨ੍ਹਾਂ ਗੁਣਾਂ ਕਰਕੇ ਪੂਰੇ ਪੰਥ ਦੇ ਕੇਂਦਰੀ ਸਥਾਨ ਹੈ ਜਿਹੜੇ ਉਹਨਾਂ ਦੇ ਉੱਤੇ ਹਮਲਾ ਹੋਇਆ। ਸੋ ਇਸ ਕਰਕੇ ਜੇ ਬੀਬੀ ਇੰਦਰਾ ਦਾ ਅਕਾਲੀ ਦਲ ਦੇ ਨਾਲ ਰੌਲਾ ਹੁੰਦਾ ਤਾਂ ਅਕਾਲੀ ਦਲ ਦੇ ਦਫ਼ਤਰ ਦੇ ਉੱਤੇ ਜਾਂ ਅਕਾਲੀ ਦਲ ਦੇ ਲੀਡਰਾਂ 'ਤੇ ਹਮਲਾ ਹੋਣਾ ਚਾਹੀਦਾ ਸੀਗਾ। ਜੋ ਹਮਲਾ ਉਹ ਪੂਰੇ ਸਿੱਖਾਂ ਦੇ ਕੇਂਦਰੀ ਸਥਾਨ ਦੇ ਉੱਤੇ ਹੋਇਆ। ਅੱਜ ਵੀ, ਉਸ ਵਕਤ ਵੀ, ਇਹ ਨਹੀਂ ਹੈ ਕਿ ਸਾਰੇ ਹੀ ਸਿੱਖ ਅਕਾਲੀ ਦਲ 'ਚ ਸੀਗੇ। ਸਿੱਖ ਤਾਂ ਉਸ ਵਕਤ ਵੀ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਸੀਗੇ, ਪਰ ਇਹ ਉਹਨਾਂ ਨੂੰ ਅਸਰ ਪਹਿਲਾਂ ਪਤਾ ਸੀਗਾ ਕਿ ਇਹ ਜੋ ਅਸੀਂ ਹਮਲਾ ਕਰਨ ਜਾ ਰਹੇ ਹਾਂ ਇਹਦਾ ਅਸਰ ਹੈ ਜੋ ਉਹ ਸਾਰੇ ਸਿੱਖਾਂ 'ਤੇ ਪੈਣਾ। ਅਤੇ ਇਹਦੇ ਲਈ ਬੜੀ ਤਫਸੀਲ ਆ ਚੁੱਕੀ ਆ ਕਿ ਇਹ ਅਚਾਨਕ ਦਸ ਹੈ। ਜਨਰਲ ਸਿਨਹਾ ਹੈ ਜਿਹੜਾ ਉਸ ਵਕਤ ਇੰਡੀਅਨ ਆਰਮੀ ਦਾ ਜਨਰਲ ਸੀਗਾ, ਔਰ ਉਸ ਵਕਤ ਦਾ ਜੋ ਪੰਜਾਬ ਦਾ ਗਵਰਨਰ ਸੀਗਾ ਪਾਂਡੇ, ਉਹਦੀ ਵੀ ਕਿਤਾਬ ਪਿਛਲੇ ਸਾਲ ਆਈ, ਉਸ ਦੇ ਵਿੱਚ ਵੀ ਉਹਨੇ ਲਿਖਿਆ ਕਿ
ਪਹਿਲਾਂ ਤੋਂ ਤਿਆਰੀ ਚੱਲ ਰਹੀ ਸੀਗੀ। ਇੰਨਾ ਕੁ ਹੁਣ ਹਿਸਟੋਰੀਕਲ ਐਵੀਡੈਂਸ ਤੱਥ ਆ ਚੁੱਕੇ ਕਿ ਡੇਢ ਕੁ ਸਾਲ ਪਹਿਲਾਂ ਤੋਂ ਇੰਡੀਅਨ ਆਰਮੀ ਨੂੰ ਤਿਆਰ ਕੀਤਾ ਜਾ ਰਿਹਾ ਸੀਗਾ ਇਹ ਹਮਲਾ ਕਰਨ ਦੇ ਲਈ। ਮਤਲਬ ਹਮਲਾ ਕਰਨ ਦੀ ਜਿਹੜੀ ਇੰਟੈਂਸ਼ਨ ਸੀਗੀ ਉਹ ਪਹਿਲਾਂ ਹੀ ਸੀਗੀ, ਸਿਚੁਏਸ਼ਨ ਲਗਾਤਾਰ ਤਿਆਰ ਕੀਤੀ ਗਈ। ਮਤਲਬ ਪਾਂਡੇ ਨੇ ਤਾਂ ਇੱਕ ਸਪੈਸੀਫਿਕ ਘਟਨਾ ਲਿਖੀ, ਇੱਕ ਮੀਟਿੰਗ ਦਾ ਜ਼ਿਕਰ ਕੀਤਾ ਉਹਨੇ, ਕਹਿੰਦਾ ਜਿਹਦੇ ਵਿੱਚ ਰਾਓ ਦੇ ਉਸ ਵੇਲੇ ਦੇ ਜੋ ਚੀਫ ਸੀਗੇ ਕਾਓ ਅਤੇ ਕੈਬਨਿਟ ਸੈਕਟਰੀ ਇੰਡੀਆ ਦੇ ਅਤੇ ਪ੍ਰਾਈਮ ਮਿਨਿਸਟਰ ਆਫਿਸ ਦਾ ਪ੍ਰਿੰਸੀਪਲ ਸੈਕਟਰੀ ਇਹ ਸਾਰੇ ਸੀਗੇ। ਕਹਿੰਦਾ ਮੈਂ ਉਹਨਾਂ ਨੂੰ ਇਹ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਕਿ ਸਿੱਖ ਇਨ ਜਨਰਲ ਅਤੇ ਪਰਟੀਕੁਲਰਲੀ ਸੰਤ ਜਰਨੈਲ ਸਿੰਘ ਆਪ ਵੀ ਹਿੰਦੂ ਧਰਮ ਦੇ ਖਿਲਾਫ ਨਹੀਂ ਹਨ, ਬਟ ਉਹਨਾਂ ਦੀਆਂ ਪੋਲੀਟੀਕਲ ਡਿਮਾਂਡਸ ਨੇ ਅਤੇ ਉਹਨਾਂ ਨੂੰ ਪੋਲੀਟੀਕਲੀ ਡੀਲ ਕਰਨ ਦੀ ਲੋੜ ਹੈ। ਅਤੇ ਕਹਿੰਦਾ ਜਦੋਂ ਮੈਂ ਕੁਛ ਗੱਲਾਂ ਦੱਸੀਆਂ ਉਹ ਮੰਨ ਗਏ, ਪਰ ਕਹਿੰਦਾ ਉਹਨਾਂ ਨੇ ਜਦੋਂ ਵੀ ਮੈਂ ਇਸ ਗੱਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਸਿੱਖ ਜਾਂ ਅਕਾਲੀ ਦਲ ਜਾਂ ਸੰਤ ਜਰਨੈਲ ਸਿੰਘ ਉਹਨਾਂ ਦਾ ਹਿੰਦੂ ਧਰਮ ਦੇ ਨਾਲ ਨਹੀਂ ਕੋਈ ਰੌਲਾ ਹੈ, ਉਹਨਾਂ ਦੀਆਂ ਪੋਲੀਟੀਕਲ ਮੰਗਾਂ ਨੇ, ਆਪਾਂ ਉਹਨਾਂ ਨੂੰ ਡੀਲ ਕਰੀਏ ਪੋਲੀਟੀਕਲ ਮੰਗਾਂ ਨੂੰ, ਤਾਂ ਕਹਿੰਦਾ ਮੈਨੂੰ ਇੱਕੋ ਹੀ ਜਵਾਬ ਮਿਲਦਾ ਸੀਗਾ। ਉਹ ਅੰਗਰੇਜ਼ੀ ਦਾ ਇੱਕ ਮੁਹਾਵਰਾ ਕਹਿੰਦਾ ਸੁਣਾ ਦਿੰਦੇ ਸੀਗੇ ਵੀ ਕਾਲ ਏ ਡੋਗ ਮੈਡ ਦੈਨ ਕਿਲ ਹਿਮ, ਵੀ ਕੁੱਤੇ ਨੂੰ ਪਹਿਲਾਂ ਹਲਕਿਆ ਹੋਇਆ ਪਾਗਲ ਸਿੱਧ ਕਰੋ ਅਤੇ ਫਿਰ ਮਾਰ ਦਿਉ। ਭਾਵ ਕਿ ਇੱਕ ਪਿੱਛੇ ਯੋਜਨਾ ਆਲਰੇਡੀ ਚੱਲ ਰਹੀ ਸੀਗੀ ਕਿ ਹਮਲਾ ਕਰਨ ਤੋਂ ਪਹਿਲਾਂ ਸਿੱਖਾਂ ਨੂੰ ਇਨ ਜਨਰਲ ਬਦਨਾਮ ਕੀਤਾ ਜਾਏ। ਤੋ ਸੋ ਹੁਣ ਸਾਡੇ ਲਈ ਇਹ ਮਸਲਾ ਸਮਝਣ ਦਾ ਹੈ ਕਿ ਜੇ ਹਮਲੇ ਦੀ ਯੋਜਨਾ ਪਹਿਲਾਂ ਮਿਥੀ ਗਈ ਸੀਗੀ ਅਤੇ ਮਿਥ ਕੇ ਬਦਨਾਮ ਕਰਨ ਦੇ ਲਈ ਸ਼ੜਯੰਤਰ ਰਚੇ ਗਏ ਤਾਂ ਇਹ ਕਿਉਂ ਕੀਤਾ ਗਿਆ? ਤੋ ਇਹਦੇ ਲਈ ਉਹ ਗੁਣ ਆਪਾਂ ਨੂੰ ਆਪਣੇ ਅੰਦਰ ਵਾਲੇ ਪਛਾਣਨੇ ਪੈਣੇ ਜਿਨ੍ਹਾਂ ਕਰਕੇ ਇਹ ਹਮਲਾ ਹੋਇਆ। ਉਹ ਗੁਣ ਜੋ ਸਨ ਉਹ ਇਹ ਕਿ ਜਦੋਂ ਤੋ ਅਕਾਲ ਤਖਤ ਬਣਿਆ ਉਦੋਂ ਤੋਂ ਜੋ ਦਿੱਲੀ ਦਾ ਤਖਤ ਹੈ ਇਹਦੇ ਨਾਲ ਸਿੱਖ ਲਗਾਤਾਰ ਹੀ ਸਟਰਗਲ 'ਚ ਨੇ। ਉਹਦੀ ਵਜ੍ਹਾ ਇਹ ਕਿ ਅਕਾਲ ਤਖਤ ਤੋਂ ਜੋ ਗੁਰਮਤ ਹੈ ਉਹਦੇ ਆਧਾਰ ਦੇ ਉੱਤੇ ਪੋਲੀਟਿਕਸ ਕੀਤੀ ਜਾਂਦੀ, ਤੋ ਜੋ ਗੁਰਮਤ ਦੀ ਪੋਲੀਟਿਕਸ ਹੈ ਉਸ ਦੇ ਵਿੱਚ ਚਾਰ ਬੁਨਿਆਦੀ ਨੁਕਤੇ ਨੇ ਜਿਹਦੇ ਆਧਾਰ ਦੇ ਉੱਤੇ ਸਿੱਖਾਂ ਦੀ ਪੋਲੀਟਿਕਸ ਅਤੇ ਸੋਸ਼ਲ ਐਕਟੀਵਿਟੀ ਬੇਸਡ ਹੁੰਦੀ। ਤੋ ਉਹਦਾ ਪਹਿਲਾ ਬੁਨਿਆਦੀ ਨੁਕਤਾ ਇਹ ਹੈ ਕਿ ਗੁਰੂ ਘਰ ਸਰਬੱਤ ਦੇ ਭਲੇ ਦੀ ਗੱਲ ਕੀਤੀ ਜਾਂਦੀ, ਸਿਰਫ ਸਿੱਖਾਂ ਦੀ ਗੱਲ, ਸਿੱਖਾਂ ਦੇ ਭਲੇ ਦੀ ਗੱਲ ਨਹੀਂ ਕੀਤੀ ਜਾਂਦੀ। ਜਿੱਦਾਂ ਇਹ ਗੋਲਕ ਹੈ ਤਾਂ ਗੁਰੂ ਘਰ ਦੇ ਵਿੱਚ ਇਹ ਪ੍ਰਚਲਿਤ ਮੁਹਾਵਰਾ ਹੈ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਉੱਥੇ ਇਹ ਨਹੀਂ ਕਹਿੰਦੇ ਕਿ ਗਰੀਬ ਸਿੱਖ ਦਾ ਮੂੰਹ ਗੁਰੂ ਦੀ ਗੋਲਕ, ਗਰੀਬ ਦਾ ਭਾਵ ਕਿ ਸਰਬੱਤ ਦੇ ਲਈ ਹੈ। ਇਸੇ ਕਰਕੇ ਗੁਰੂ ਘਰ ਦੇ ਸਾਰੇ ਦਰਬਾਰ ਸਾਹਿਬ ਤੋਂ ਬਿਨਾਂ ਵੀ ਲਗਭਗ ਗੁਰੂ ਘਰਾਂ 'ਚ 4 ਦਰਵਾਜ਼ੇ ਹੀ ਰੱਖੇ ਜਾਂਦੇ ਕਿ ਇੱਥੇ ਲੰਗਰ ਜਾਂ ਗੁਰੂ ਘਰ ਦੀਆਂ ਜਿਹੜੀਆਂ ਵੀ 6 ਚੀਜ਼ਾਂ ਨੇ ਉਹ ਸਾਰੀ ਮਨੁੱਖਤਾ ਦੇ ਲਈ ਨੇ। ਤੋ ਗੁਰੂ ਘਰ ਦੇ ਵਿੱਚ ਜੋ ਗੱਲ ਹੋਣੀ ਉਹ ਸਰਬੱਤ ਦੇ ਭਲੇ ਦੀ ਹੋਣੀ, ਔਰ ਉਸ ਤੋਂ ਬਾਅਦ ਗੁਰੂ ਘਰ ਦੇ ਵਿੱਚ ਜੋ ਗੁਰਮਤ ਤੋਂ ਸਮਾਜ ਦਾ ਇੱਕ ਆਈਡੀਆ ਪ੍ਰਚਾਰਿਤ ਕੀਤਾ ਜਾਣਾ ਉਹ ਇੱਕ ਸਾਂਝੀਵਾਲਤਾ ਵਾਲਾ, ਇੱਕ ਪਰਸਪਰ ਪਿਆਰ ਵਾਲਾ, ਬਰਾਬਰਤਾ ਵਾਲਾ ਸਮਾਜ ਆ ਜਿਹੜਾ ਉਹ ਸਿਰਜਣ ਦੀ ਗੱਲ ਹੋਣੀ ਹੈ, ਜਿਸ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਗਮਪੁਰਾ ਦੇ ਨਾਂ ਦੇ ਨਾਲ ਜਾਣਦੇ ਹਾਂ। ਔਰ ਤੀਸਰਾ ਨੁਕਤਾ ਗੁਰੂ ਘਰ ਦੇ ਵਿੱਚ ਜਿਸ ਦੇ ਲਈ ਸਦਾ ਸਟਰਗਲ ਹੋਈ ਉਹ ਇੱਕ ਹਲੇਮੀ ਰਾਜ ਦਾ ਸੰਕਲਪ ਹੈ। ਹਲੇਮੀ ਰਾਜ ਤੋਂ ਭਾਵ ਕਿ ਜਿੱਥੇ ਸਾਰੀ ਲੁਕਾਈ ਸੁੱਖ ਦੇ ਵਿੱਚ ਵਸਦੀ, ਅਤੇ ਜਿੱਥੇ ਦੋ ਵਕਤ ਦੀ ਰੋਟੀ ਅਤੇ ਚੈਨ ਦੀ ਨੀਂਦ ਦੀ ਗਰੰਟੀ ਸਾਰਿਆਂ ਦੇ ਲਈ ਹੈ, ਜਿੱਥੇ ਨਿਆਂ, ਜਿੱਥੇ ਬਰਾਬਰੀ, ਜਿੱਥੇ ਆਜ਼ਾਦੀ, ਜਿੱਥੇ ਹੰਨੇ ਹੰਨੇ ਮੀਰੀ, ਭਾਵ ਕਿ ਸਵੈ ਨਿਰਣੇ ਦਾ ਹੱਕ ਹਰ ਮਨੁੱਖ ਨੂੰ ਪ੍ਰਾਪਤ ਹੋਏ, ਇਸ ਤਰ੍ਹਾਂ ਦਾ ਰਾਜ ਸਥਾਪਿਤ ਕਰਨ ਦੇ ਲਈ ਸੰਘਰਸ਼ ਕਰਨ ਦਾ ਜੋ ਹੁਕਮ ਹੈ ਉਹ ਪਾਤਸ਼ਾਹ ਨੇ, ਸਾਰੇ ਫਰਜ਼ ਹੈ ਉਹ ਸਾਰੇ ਸਿੱਖਾਂ ਦੇ ਉੱਤੇ ਆਇਦ ਕੀਤਾ। ਔਰ ਚੌਥੀ ਗੱਲ ਖਾਲਸਾ ਜੀ ਕੇ ਬੋਲਬਾਲੇ ਦੀ ਕਿ ਖਾਲਸੇ ਨੇ ਆਪਣਾ ਨਿਆਰਾਪਣ ਬੁਲੰਦ ਅਤੇ ਸੁਤੰਤਰ ਰੂਪ ਦੇ ਵਿੱਚ ਪ੍ਰਗਟ ਕਰਨਾ। ਤੋ ਇਹਨਾਂ 4 ਨੁਕਤਿਆਂ ਦੀ ਜੋ ਵੀ ਗੱਲ ਹੈ ਉਹ ਸਦਾ ਅਕਾਲ ਤਖਤ ਸਾਹਿਬ ਤੋਂ ਹੁੰਦੀ ਆਈ,
ਪਰ ਉਹਦੇ ਉਲਟ ਜੋ ਦਿੱਲੀ ਦਾ ਤਖ਼ਤ ਹੈ ਉਸ ਤੋਂ ਚਾਹੇ ਮੁਗਲ ਕਾਲ ਦੀ ਗੱਲ ਕਰੀਏ, ਚਾਹੇ ਉੱਥੇ ਅਫਗਾਨ ਆਏ, ਚਾਹੇ ਉਸ ਤੋਂ ਬਾਅਦ ਫਿਰੰਗੀ ਆਏ, ਚਾਹੇ ਉੱਥੇ ਹੁਣ ਦੀ ਜਿਹੜੀ ਵਿਪਰ ਸੰਸਕਾਰੀ ਸਰਕਾਰ ਹੈ, ਚਾਹੇ ਉਹ ਆਈ, ਉੱਥੇ ਇਹਨਾਂ ਚਾਰਾਂ ਤੋਂ ਉਲਟ ਜਿਹੜਾ ਪ੍ਰਵਚਨ ਹੈ ਜਾਂ ਜਿਹੜਾ ਸਿਧਾਂਤ ਹੈ ਉਹ ਪ੍ਰਵਾਨ ਚੜ੍ਹਦਾ ਰਿਹਾ। ਉੱਥੋਂ ਸਰਬੱਤ ਦੇ ਭਲੇ ਦੀ ਗੱਲ ਨਹੀਂ ਹੋਈ ਕਦੇ। ਮੁਗਲਾਂ ਦੇ ਵਕਤ ਮੁਗਲਾਂ ਦੇ ਭਲੇ ਦੀ ਗੱਲ ਹੁੰਦੀ ਸੀਗੀ, ਅਫਗਾਨਾਂ ਦੇ ਵਕਤ ਅਫਗਾਨਾਂ ਦੇ ਭਲੇ ਦੀ ਗੱਲ ਹੁੰਦੀ ਸੀਗੀ, ਫਿਰੰਗੀ ਦੇ ਵਕਤ ਫਿਰੰਗੀ ਦੇ ਭਲੇ ਦੀ ਗੱਲ ਹੁੰਦੀ ਸੀਗੀ। ਅਤੇ ਹੁਣ ਇੰਡੀਆ ਦੇ ਵਿੱਚ ਜੋ ਵਿਪਰ ਸੰਸਕਾਰੀ ਲੋਕ ਮਨਮੁਖਤਾਈ ਦੇ ਉੱਤੇ ਚੱਲਣ ਵਾਲੇ ਅੱਪਰ ਕਾਸਟ ਕਾਰਪੋਰੇਟ ਅਮੀਰ ਉਹਨਾਂ ਦੇ ਭਲੇ ਦੀ ਗੱਲ ਚੱਲਦੀ, ਖਾਸ ਧਰਮ ਜਾਂ ਖਾਸ ਜਾਤ ਦੇ ਲੋਕ ਜਾਂ ਇੱਕ ਖਾਸ ਪ੍ਰਿਵਿਲੇਜ ਕਲਾਸ ਦੇ ਲੋਕ ਉਹਨਾਂ ਦੇ ਭਲੇ ਦੀ ਗੱਲ ਚੱਲਦੀ ਹੈ। ਉੱਥੋਂ ਸਰਬੱਤ ਦੇ ਭਲੇ ਦੀ ਗੱਲ ਕਦੇ ਚੱਲੀ ਨਹੀਂ ਹੈ। ਔਰ ਉੱਥੋਂ ਨਾ ਬੇਗਮਪੁਰਾ ਦੇ ਨਿਆਈ ਇੱਕ ਸਾਂਝੀਵਾਲਤਾ ਵਾਲਾ ਸਮਾਜ ਕੋਈ ਸਿਰਜਣ ਦੀ ਕਦੇ ਪਹਿਲਕਦਮੀਆਂ ਹੋਈਆਂ ਨੇ। ਅੱਜ ਵੀ ਜੇ ਅਸੀਂ ਇੰਡੀਆ ਦਾ ਸਮਾਜ ਦੇਖੀਏ ਉੱਥੇ ਸਾਂਝੀਵਾਲਤਾ ਵਾਲੀ ਪਰਸਪਰ ਪਿਆਰ ਵਾਲੀ ਗੱਲ ਜਾਂ ਕੋਈ ਬਰਾਬਰਤਾ ਵਾਲੀ ਗੱਲ ਦੀ ਬਜਾਏ ਉੱਥੇ ਲੁਕਾਈ ਤੁਹਾਨੂੰ ਜਲਦੀ ਦਿਸੇਗੀ, ਆਪਸ ਦੇ ਵਿੱਚ ਕਲੇਸ਼ ਦੇ ਵਿੱਚ ਦਵੈਸ ਦੇ ਵਿੱਚ ਹੀ ਦਿਸੇਗੀ। ਔਰ ਜਿੱਥੇ ਹਲੇਮੀ ਰਾਜ ਦੀ ਆਪਾਂ ਗੱਲ ਕਰੀਏ ਕਿ ਇੱਥੋਂ ਨਿਆਂ ਦੀ ਗੱਲ ਕਦੇ ਹੋਈ ਨਹੀਂ ਹੈ। ਇੱਥੋਂ ਸਦਾ ਹੀ ਆਪਣਾ ਨਿਆਂ ਲੈਣ ਦੇ ਲਈ ਲਗਾਤਾਰ ਹੀ ਪਿਛਲੇ  300 ਸਾਲ ਤੋਂ ਸਿੱਖ ਹੀ ਲੜ ਰਹੇ। ਕੁਛ ਇੱਕ ਸਮਾਂ ਆਇਆ ਜਦੋਂ ਸਿੱਖਾਂ ਨੂੰ ਸੁੱਖ ਦਾ ਸਾਹ ਆਇਆ ਇਸ ਕਿੱਤੇ ਦੇ ਉੱਤੇ। ਬੇਸ਼ੱਕ ਉਹਨਾਂ ਦੀ ਆਬਾਦੀ ਬਹੁਤ ਥੋੜ੍ਹੀ ਸੀਗੀ, 10% ਦੇ ਆਸ ਪਾਸ। ਉਹ ਇੱਕ ਸਮਾਂ ਆਇਆ 1765-70 ਤੋਂ ਲੈ ਕੇ ਜਦੋਂ ਮਿਸਲਾਂ ਦੇ ਰੂਪ ਦੇ ਵਿੱਚ ਰਾਜ ਆਇਆ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਵਕਤ ਤੱਕ 1849 ਤੱਕ ਰਿਹਾ। ਉਸ ਖਾਲਸਾ ਰਾਜ ਦੇ ਸਮੇਂ ਇੱਥੇ ਇੱਕ ਨਿਆਂ ਰਿਹਾ, ਉਸ ਤੋਂ ਬਿਨਾਂ ਸਦਾ ਹੀ ਨਿਆਂ ਦੇ ਲਈ ਲੜ ਰਹੇ, ਅੱਜ ਵੀ ਲੜ ਰਹੇ। ਬੰਦੀ ਸਿੰਘਾਂ ਦਾ ਮਸਲਾ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ। ਇੰਡੀਆ ਦੇ ਆਪ ਦੇ ਕੰਸਟੀਟਿਊਸ਼ਨ ਹੈ ਕਿ 14 ਸਾਲ ਤੋਂ ਬਾਅਦ ਹਰੇਕ ਬੰਦੇ ਦਾ ਕੇਸ ਰਿਵਿਊ ਹੋਣਾ ਚਾਹੀਦਾ। ਤੋ ਸਾਰੀ ਤਰ੍ਹਾਂ ਦੀਆਂ ਰਿਪੋਰਟਾਂ ਸਹੀ ਹੋਣ ਦੇ ਬਾਵਜੂਦ 30-30 ਸਾਲ ਹੋ ਗਏ, ਬੰਦੇ ਦੁੱਗਣੀ ਉਮਰ ਕੈਦ ਛਡਾ ਲਈ ਕਟਵਾ ਲਈ ਅਤੇ ਉਸ ਦੇ ਬਾਅਦ ਵੀ ਨਿਆਂ ਦੀ ਕੋਈ ਗੱਲ ਨਹੀਂ ਹੈ। ਹਜ਼ਾਰਾਂ ਲੋਕ ਜਿਹੜੇ ਗਰੀਬ ਹੈ ਉਹ ਜਿਹੜੇ ਕਿਸੇ ਵੀ ਤਰੀਕੇ ਦੇ ਨਾਲ ਵੱਡੀਆਂ ਅਦਾਲਤਾਂ ਤੱਕ ਨਹੀਂ ਜਾ ਸਕਦੇ ਹੈ, ਉਹਨਾਂ ਦੇ ਲਈ ਨਿਆਂ ਦਾ ਤਾਂ ਕੋਈ ਸੁਪਨਾ ਹੀ ਦੂਰ ਦੀ ਗੱਲ ਹੋ ਗਈ। ਸੋ ਇੱਥੇ ਚਾਹੇ ਨਿਆਂ ਦੀ ਆਪਾਂ ਗੱਲ ਕਰੀਏ ਉਹ ਸਾਡੇ ਸਾਹਮਣੇ। ਸੋ ਇੱਥੇ ਜਦੋਂ ਤੋਂ ਵੀ ਅਕਾਲ ਤਖ਼ਤ ਬਣਿਆ ਤਾਂ ਜੋ ਦਿੱਲੀ ਦਾ ਤਖ਼ਤ ਹੈ, ਜੋ ਦੁਨਿਆਵੀ ਤਖ਼ਤ ਹੈ, ਜੋ ਮਨਮੁਖਤਾਈ ਨੂੰ ਪ੍ਰਗਟ ਕਰਨ ਵਾਲਾ ਤਖ਼ਤ ਹੈ, ਉਹਦੇ ਮੁਕਾਬਲੇ ਜੋ ਗੁਰਮੁਖਤਾਈ ਨੂੰ ਪ੍ਰਗਟ ਕਰਨ ਵਾਲਾ ਤਖ਼ਤ ਹੈ, ਉਹਦੇ ਵਿਚਾਲੇ ਸੰਘਰਸ਼ ਸਦਾ ਹੀ ਰਿਹਾ। ਅਤੇ ਇਹ ਉਨਾ ਟਾਈਮ ਰਹਿਣਾ ਜਦੋਂ ਤੱਕ ਇਸ ਧਰਤੀ ਦੇ ਉੱਤੇ ਸਰਬੱਤ ਦੇ ਭਲੇ ਦੀ ਗੱਲ, ਇੱਕ ਸਾਂਝੀਵਾਲਤਾ ਵਾਲੇ ਸਮਾਜ ਦੀ ਗੱਲ, ਇੱਕ ਹਲੇਮੀ ਰਾਜ ਦੀ ਗੱਲ ਅਤੇ ਇੱਕ ਖਾਲਸਾ ਜੀ ਕੇ ਬੋਲਬਾਲੇ ਦੀ ਗੱਲ ਦਾ ਪਰਚਮ ਸਭ ਤੋਂ ਉੱਚਾ ਨਹੀਂ ਝੂਲਦਾ ਹੈ, ਉਨਾ ਟਾਈਮ ਇਹ ਜੰਗ ਜਾਰੀ ਰਹਿਣੀ। ਸੋ ਹੁਣ ਆਪਾਂ ਪਰਟੀਕੁਲਰ ਕੰਟੈਕਸਟ ਦੇ ਵਿੱਚ ਆਈਏ, ਇਸ ਫਰੇਮਵਰਕ ਨੂੰ, ਇਸ ਚੌਕਟੇ ਨੂੰ ਮੁੱਖ ਰੱਖ ਕੇ ਕਿ ਉਸ ਵਕਤ ਕਿਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਜਿਹਦੇ ਕਰਕੇ ਇਹ ਗੱਲ ਇੱਥੇ ਤੱਕ ਪਹੁੰਚੀ। ਸੋ ਉਹਦੇ ਵਿੱਚ ਮੈਂ ਇਹ ਬੇਨਤੀ ਕਰਾਂ ਕਿ 1947 ਤੋਂ ਬਾਅਦ ਜਦੋਂ ਇਸ ਖਿੱਤੇ ਦੀ ਵੰਡ ਹੋਈ, ਪੰਜਾਬ ਦੀ ਵੰਡ ਹੋਈ, ਬੰਗਾਲ ਦੀ ਵੰਡ ਹੋਈ, ਜਿਸ ਦੇ ਵਿੱਚ ਲੋਕਾਂ ਦਾ ਤਬਾਦਲਾ ਹੋਇਆ ਇੱਧਰ ਤੋਂ ਉੱਧਰ, ਉਸ ਵਕਤ ਇਕੱਲਾ ਲੋਕਾਂ ਦਾ ਤਬਾਦਲਾ ਨਹੀਂ ਹੋਇਆ, ਸਿੱਖਾਂ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਜਾਨੀ ਮਾਲੀ ਨੁਕਸਾਨ ਹੋਇਆ, ਔਰ ਬਹੁਤ ਸਾਰੇ ਇਤਿਹਾਸਕ ਗੁਰੂ ਘਰ ਹੈ ਜਿਹੜੇ ਉਹਨਾਂ ਤੋਂ ਸਿੱਖਾਂ ਨੂੰ ਵਿਛੜਨਾ ਪਿਆ। ਸਿੱਖ ਇੱਧਰ ਆਏ ਆਪਦੇ ਕਾਰੋਬਾਰ ਛੱਡ ਕੇ, ਆਪਦੀਆਂ ਜ਼ਮੀਨਾਂ ਛੱਡ ਕੇ, ਅਤੇ ਜੋ ਵੱਡੇ ਕਾਰੋਬਾਰ ਵੱਡੀਆਂ ਫਰਟਾਈਲ ਜ਼ਮੀਨਾਂ ਸੀਗੀਆਂ ਉਹ ਪੱਛਮੀ ਪੰਜਾਬ 'ਚ ਰਹਿ ਗਈਆਂ। ਪਰ ਇੱਥੇ ਆ ਕੇ ਸਿੱਖਾਂ ਨੇ ਬੜੀ ਮਿਹਨਤ ਕੀਤੀ, 47 ਤੋਂ ਲੈ ਕੇ 75 ਤੱਕ ਆਉਂਦਿਆਂ ਸਿੱਖ ਇਸ ਹੁਣ ਵਾਲੇ ਇੰਡੀਆ ਦੇ ਵਿੱਚ ਇੱਕ ਬਹੁਤ ਪਾਵਰਫੁੱਲ ਐਂਟੀਟੀ ਦੇ ਤੌਰ ਦੇ ਉੱਤੇ ਸਥਾਪਿਤ ਹੋ ਚੁੱਕੇ ਸੀਗੇ। ਇਹ ਜਿਹੜਾ ਨਵਾਂ ਇੰਡੀਆ ਬਣਿਆ 47 ਤੋਂ ਬਾਅਦ, ਇਹ ਕੁਛ ਬਹੁਤ ਬੁਨਿਆਦੀ ਸੈਕਟਰ ਦੇ ਵਿੱਚ ਇੰਡੀਆ
ਸਿੱਖਾਂ ਦੇ ਉੱਤੇ ਕਹਿ ਲਓ, ਪੰਜਾਬ ਦੇ ਉੱਤੇ ਕਹਿ ਲਓ, ਬਿਲਕੁਲ ਨਿਰਭਰ ਕਰਨ ਲੱਗ ਗਿਆ ਸੀਗਾ। ਉਦਾਹਰਣ ਦੇ ਤੌਰ 'ਤੇ ਜੇ ਗਿਣਨਾ ਹੋਏ ਕਿ ਇੰਡੀਆ ਦੀ ਜਿੰਨੀ ਵੀ ਸਿਕਿਉਰਿਟੀ ਸੀਗੀ, ਇੰਡੀਆ ਦੀ ਜਿੰਨੀ ਵੀ ਆਰਮੀ ਸੀਗੀ, ਉਹ ਸਾਰੀ ਸਿੱਖਾਂ ਦੇ ਉੱਤੇ ਹੀ ਨਿਰਭਰ ਸੀਗੀ। ਚਾਹੇ ਉਹ ਇਨਫੈਂਟਰੀ ਦੀਆਂ ਡਿਵੀਜ਼ਨ ਹੋਣ, ਚਾਹੇ ਉਹ ਏਅਰਫੋਰਸ ਦੇ ਸਾਰੇ ਪਾਇਲਟ ਹੋਣ, ਤੋਂ ਵੱਡਾ ਹਿੱਸਾ ਐਸਾ ਸੀਗਾ ਜਿਹੜਾ 62, 65 ਅਤੇ 71 ਦੀ, ਜਾਂ ਉਸ ਤੋਂ ਪਹਿਲਾਂ 48 ਵਾਲੀ ਜਿਹੜੀ ਕਬਾਇਲੀਆਂ ਦੇ ਨਾਲ ਜੰਗ ਹੋਈ, ਉਹ ਤੋਂ ਸਾਬਤ ਹੋ ਚੁੱਕਾ ਸੀਗਾ ਕਿ ਇੰਡੀਆ ਦੀ ਜਿਹੜੀ ਐਕਸਟਰਨਲ ਸਿਕਿਉਰਿਟੀ ਆ, ਉਸ ਮਸਲੇ ਦੇ ਵਿੱਚ ਇੰਡੀਆ ਸਿੱਖਾਂ ਦੇ ਉੱਤੇ ਬਹੁਤ ਨਿਰਭਰ ਕਰਦਾ। ਔਰ ਉਸ ਤੋਂ ਬਿਨਾਂ ਇੱਕ 60s ਤੱਕ ਸ਼ੁਰੂ ਹੋਈ ਇੱਕ ਸਮੱਸਿਆ ਇੰਡੀਆ ਦੇ ਲਈ, ਉਹ ਫੂਡ ਸਿਕਿਉਰਿਟੀ ਦੀ ਸੀਗੀ, ਅਨਾਜ ਦੀ ਸੁਰੱਖਿਆ ਦੀ। ਅਤੇ ਉਸ ਮਸਲੇ ਦੇ ਵਿੱਚ 65 ਦੇ ਵਿੱਚ ਜਾ ਕੇ ਬਿਹਾਰ ਦੇ ਵਿੱਚ ਅਨਾਜ ਦੇ ਲਈ ਦੰਗੇ ਹੋਏ ਆਪਸ 'ਚ। ਤੋ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਜਿਹੜਾ ਇਹਨੂੰ ਸੋ ਕਾਲਡ ਗ੍ਰੀਨ ਰੈਵੋਲਿਊਸ਼ਨ ਕਹਿੰਦੇ, ਤਾਂ ਉਸ ਦੇ ਤਹਿਤ ਇੰਡੀਆ ਦੀ ਜੋ ਫੂਡ ਸਿਕਿਉਰਿਟੀ ਸੀਗੀ, ਉਸ ਮਸਲੇ ਦੇ ਵਿੱਚ ਵੀ ਇੰਡੀਆ ਸਿੱਖਾਂ ਦੇ ਉੱਤੇ ਨਿਰਭਰ ਕਰਦਾ ਸੀਗਾ। ਔਰ ਉਸ ਤੋਂ ਬਿਨਾਂ ਜਦੋਂ ਸਾਇੰਸ ਆਈ, ਟੈਕਨੋਲੋਜੀ ਆਈ, ਤੋ ਵਪਾਰ ਦੇ ਵਿੱਚ, ਟਰਾਂਸਪੋਰਟੇਸ਼ਨ ਦੇ ਵਿੱਚ ਨਵੀਂ ਤਰ੍ਹਾਂ ਦੇ ਤੌਰ ਤਰੀਕੇ, ਨਵੇਂ ਮੋੜ ਆਏ, ਤੋ ਉਸ ਦੇ ਵਿੱਚ ਇੰਡੀਆ ਟਰਾਂਸਪੋਰਟ ਦੇ ਮਸਲੇ ਦੇ ਵਿੱਚ ਵੀ ਜਿੰਨੀ ਵੀ ਸਾਰੇ ਪਬਲਿਕ ਕੈਰੀਅਰ ਟਰੱਕ ਸੀਗੇ, ਟਰਾਂਸਪੋਰਟੇਸ਼ਨ ਸੀਗੀ ਸਾਰੇ ਇੰਡੀਆ ਦੀ, ਇਕੱਲੀ ਪੰਜਾਬ ਦੀ ਨਹੀਂ, ਤਾਮਿਲਨਾਡੂ ਤੱਕ ਚਲੇ ਜਾਓ, ਕਲਕੱਤਾ ਤੱਕ ਚਲੇ ਜਾਓ, ਗੁਹਾਟੀ, ਅਸਾਮ ਚਲੇ ਜਾਓ, ਪਟਨਾ ਚਲੇ ਜਾਓ, ਸੈਂਟਰਲ ਇੰਡੀਆ 'ਚ ਕਿਤੇ ਵੀ ਚਲੇ ਜਾਓ, ਬੋਂਬੇ ਚਲੇ ਜਾਓ, ਹਰ ਜਗ੍ਹਾ ਟਰਾਂਸਪੋਰਟ ਦੇ ਵਿੱਚ ਸਿੱਖਾਂ ਦੀ ਮਨੋਪਲੀ ਸੀਗੀ। 75 ਤੱਕ ਕੰਪਲੀਟ ਮਨੋਪਲੀ ਸਿੱਖਾਂ ਦੀ ਹੋ ਗਈ ਸੀਗੀ। ਔਰ ਉਸ ਤੋਂ ਬਿਨਾਂ ਜਿਹੜੇ ਛੋਟੇ ਔਜ਼ਾਰ ਹੈ, ਟੂਲਸ ਨੇ, ਉਹ ਉਸ ਵਕਤ ਇੰਡੀਆ ਦੇ ਵਿੱਚ ਹੀ ਬਣਦੇ ਸੀਗੇ, ਅੱਜ ਵੀ ਪੰਜਾਬ ਦੇ ਵਿੱਚ ਹੀ ਬਣਦੇ ਸੀਗੇ। ਅੱਜ ਵੀ ਬਹੁਤ ਸਾਰੇ ਟੂਲਸ ਨੇ ਜਿਹੜੇ ਅਜੇ ਵੀ ਵੱਡਾ ਹਿੱਸਾ ਪੰਜਾਬ 'ਚ ਹੀ ਬਣਦਾ। ਉਹ ਵੱਖਰੀ ਗੱਲ ਹੈ ਕਿ 91 ਤੋਂ ਬਾਅਦ ਲਿਬਰਲਾਈਜੇਸ਼ਨ ਜਦੋਂ ਆਈ, ਹੋਈ ਸਾਰੀ ਇਕੋਨਮੀ ਦੀ, ਉਸ ਤੋਂ ਬਾਅਦ ਬਾਹਰ ਵਾਲੀਆਂ ਕੰਪਨੀਆਂ ਆ ਗਈਆਂ ਇੱਥੇ, ਜਿਹਦੇ ਕਰਕੇ ਇਹ ਸਾਰਾ ਇੰਪਲੀਮੈਂਟਸ ਦਾ, ਟੂਲਸ ਦਾ ਉਹ ਬਣਾਉਣ ਲੱਗ ਗਏ। ਪਰ 75 ਤੱਕ ਇਸ ਮਸਲੇ ਦੇ ਵਿੱਚ ਵੀ ਇੰਡੀਆ ਜਿਹੜਾ ਉਹ ਪੰਜਾਬ ਦੇ ਉੱਤੇ ਨਿਰਭਰ ਕਰਦਾ ਸੀਗਾ। ਤੋ ਇਸੇ ਤਰ੍ਹਾਂ ਵਪਾਰ ਦੇ ਵਿੱਚ ਵੀ ਸਿੱਖਾਂ ਦੇ ਉੱਤੇ ਨਿਰਭਰ ਕਰਦਾ ਸੀਗਾ ਇੰਡੀਆ। ਤੋ 75 ਦੇ ਵਿੱਚ ਇੱਕ ਐਸੀ ਗੱਲ ਹੋਈ ਜਿਸ ਨੇ ਇਹ ਸਾਰੀ ਗੱਲ ਨੂੰ ਇੱਕ ਨਵੀਂ ਦਿਸ਼ਾ ਦਿੱਤੀ। ਉਹ ਇਹ ਹੋਈ ਕਿ 75 ਦੇ ਵਿੱਚ ਜਦੋਂ ਐਮਰਜੈਂਸੀ ਦਾ ਅਨਾਊਂਸਮੈਂਟ ਹੋਈ, ਉਸ ਤੋਂ ਬਾਅਦ ਸਾਰੇ ਇੰਡੀਆ ਦੇ ਵਿੱਚ ਇਸ ਐਮਰਜੈਂਸੀ ਦੇ ਖਿਲਾਫ ਐਜੀਟੇਸ਼ਨ ਹੋਇਆ, ਜੇਲ੍ਹ ਭਰੋ ਅੰਦੋਲਨ ਹੋਏ। ਅਤੇ ਉਸ ਅੰਦੋਲਨ ਦੇ ਵਿੱਚ ਜਿਹੜਾ ਸਭ ਤੋਂ ਲੰਬਾ ਟਾਈਮ ਅਤੇ ਸਭ ਤੋਂ ਕੰਸਿਸਟੈਂਟ ਮੋਰਚੇ ਚੱਲੇ, ਉਹ ਪੰਜਾਬ 'ਚੋਂ ਸਿੱਖਾਂ ਦੇ ਅਕਾਲੀ ਦਲ ਦੇ ਰੂਪ ਦੇ ਵਿੱਚ ਦਮਦਮੀ ਟਕਸਾਲ ਦੇ ਜਿਹੜੇ ਉਸ ਵਕਤ ਮੁਖੀ ਸੀਗੇ ਸੰਤ ਕਰਤਾਰ ਸਿੰਘ ਜੀ, ਉਹਨਾਂ ਨੇ ਚਲਾਏ। ਤੋ ਜਿਹੜਾ ਇਹ ਇੰਨਾ ਕੰਸਿਸਟੈਂਟ ਵਿਰੋਧ ਕੀਤਾ ਸਿੱਖਾਂ ਨੇ, ਅਤੇ ਜਿੰਨੀ ਸਿੱਖਾਂ ਦੀ ਅਨੁਪਾਤ ਸੀਗੀ ਉਹਦੇ ਨਾਲੋਂ ਬਹੁਤ ਜ਼ਿਆਦਾ ਗ੍ਰਿਫਤਾਰੀਆਂ ਉਹਨਾਂ ਦੀਆਂ ਹੋਈਆਂ। ਅਤੇ ਉਸ ਦੇ ਵਿੱਚੋਂ ਇੰਡੀਆ ਦੇ ਵਿੱਚ, ਇੰਡੀਆ ਦੇ ਜਿਹੜੇ ਵੀ ਦਿੱਲੀ ਤਖ਼ਤ ਦੇ ਲਤਾੜੇ ਹੋਏ ਲੋਕ ਸੀਗੇ, ਜਾਂ ਜਿਹੜੇ ਵਿਪਰ ਦੇ ਲਤਾੜੇ ਹੋਏ ਲੋਕ ਸੀਗੇ, ਜਿਹੜੇ ਸੋਸ਼ਲ ਜਸਟਿਸ ਲਈ ਲੜ ਰਹੇ ਸੀਗੇ, ਜਾਂ ਜਿਹੜੇ ਓਵਰ ਸੈਂਟਰਲਾਈਜੇਸ਼ਨ ਕਰਕੇ ਆਪਣੇ ਵੱਧ ਅਧਿਕਾਰਾਂ ਦੇ ਲਈ ਕੌਮਾਂ ਲੜ ਰਹੀਆਂ ਸੀਗੀਆਂ, ਉਹ ਸਾਰਿਆਂ ਨੂੰ ਲੱਗਿਆ ਕਿ ਦਿੱਲੀ ਤਖ਼ਤ ਦੇ ਖਿਲਾਫ਼ ਜੇ ਉਹਨਾਂ ਦਾ ਕੋਈ ਰਾਖਾ ਬਣ ਸਕਦਾ ਤਾਂ ਉਹ ਸਿੱਖ ਨੇ। ਇਹ ਇੱਕ ਐਸਾ ਗੁਣ ਸਿੱਖਾਂ ਦਾ ਪ੍ਰਗਟ ਹੋਇਆ ਕਿ ਸਿੱਖ ਇਕੱਲੀ ਪੰਜਾਬ ਦੇ ਲਈ ਨਹੀਂ, ਆਪਣੇ ਲਈ ਸਟਰਗਲ ਨਹੀਂ, ਬਾਕੀ ਇੰਡੀਆ ਦੇ ਲਈ ਵੀ ਸਟਰਗਲ ਕਰ ਸਕਦੇ। ਕਿਉਂਕਿ ਸਿੱਖ ਸਟਰਗਲ ਤਾਂ ਅੰਗਰੇਜ਼ਾਂ ਦੇ ਵਕਤ ਤੋਂ ਹੀ ਪੀਸਫੁੱਲ ਜਿਹੜੇ ਨਵੇਂ ਪੋਲੀਟੀਕਲ ਤੌਰ ਤਰੀਕੇ ਉਹਨਾਂ 'ਚ ਸਟਰਗਲ ਕਰ ਰਹੇ ਸੀਗੇ 1920 ਤੋਂ ਹੀ, ਗੁਰਦੁਆਰਾ ਸੁਧਾਰ ਲਹਿਰ ਵੇਲੇ ਤੋਂ ਹੀ। ਪਰ ਪਹਿਲਾਂ ਬਹੁਤਾ ਹਿੱਸਾ ਉਹ ਪੰਜਾਬ 'ਚ ਰਹਿ ਕੇ ਹੀ ਕੀਤਾ, ਪਰ 75 ਦੇ ਵਿੱਚ ਉਹਨਾਂ ਨੇ ਆਪਣੀ ਇਹ ਸਮਰੱਥਾ ਸ਼ੋਅ ਕੀਤੀ ਕਿ ਉਹ ਪੂਰੇ ਪੈਨ ਇੰਡੀਆ, ਪੂਰੇ ਇੰਡੀਆ ਦੇ ਲਈ ਸਟਰਗਲ ਕਰ ਸਕਦੇ। ਤੋ ਉਸ ਤੋਂ ਬਾਅਦ ਸਿੱਖਾਂ ਦਾ ਇੱਕ ਦਾਅਵਾ ਦਿੱਲੀ ਦੇ ਤਖ਼ਤ ਦੇ ਉੱਤੇ ਬਣ ਗਿਆ। ਤੋ ਉਸ ਦਾਅਵੇ ਤੋਂ ਇੰਡੀਅਨ ਸਟੇਟ ਬਹੁਤ ਬੁਰੀ ਤਰ੍ਹਾਂ ਡਰ ਗਈ। ਤੋ ਉਸ ਵਕਤ ਹੀ ਉਹਨਾਂ ਨੇ ਡਿਸੀਜਨ ਲਿਆ ਕਿ ਸਿੱਖਾਂ ਦੇ ਉੱਤੇ ਇੱਕ ਐਸਾ ਜ਼ਖਮ ਕਰਨਾ ਪੈਣਾ ਜਿਹੜਾ ਜ਼ਖਮ ਇਹਨਾਂ ਦੀ ਸੁਰਤ ਨੂੰ ਹਿਲਾ ਦੇ। ਤੋ ਇਸ ਕਰਕੇ ਹੀ 77 ਤੋਂ ਬਾਅਦ ਹੀ ਲਗਾਤਾਰ ਪੰਜਾਬ ਦੇ ਵਿੱਚ ਉਹ ਹਾਲਾਤ ਬਣਾਇਆ ਜਾਣ ਲੱਗਾ ਕਿ ਜਿਸ ਹਾਲਾਤ ਦੇ ਵਿੱਚ ਪੋਲੀਟੀਕਲ ਡਿਸਟਰਬੈਂਸ ਹੋਈ,
वायलेंस दीयां घटनावां शुरू कीतियां, सिखां नूं लगातार प्रवोक किया गया, लगातार जलील किया गया। जिहड़े बजुर्ग ने उह तां इह जाणदे कि इह सारी 78 तों शुरू होई गल, उह इस करके इस पासे नूं लै के गए कि हर हाल वह माहौल बनाया जाए कि सिखां दे केंद्रीय स्थानां ते हमला करके सिखां दी सुरत दे उत्ते इक ऐसा वार किया जाए ताकि सिखां नूं सुरत तों ही हिला दिता जाए। तो उस तों बाद सिखां दीयां इंस्टीट्यूशनस, सिखां दीयां जिहड़ियां जथेबंदियां ने, उन्हां दे विच इस हिसाब की चेंज लैके आई, लैके आंदी जाए कि वह अपने जो असल सिद्धांत ने, जो गुरु ने दिते हुए सिद्धांत ने, जिहड़े मैं पहलां गिण के हटिया, कि उस सिद्धांत दे उत्ते स्ट्रगल करन तों ही छड़ जाण। सो वह एक बुनियादी वजह है कि वह वजह जाने तो बिना असी इस घल्लूकारे दीयां बाकी जो 6 दिनां दीयां तफसील है उन्हां दी गल मुकम्मल रूप च नहीं कर सकांगे जे सानू इस तरह उन्हां दे जो असली मूल कारण है जो उन्हां दी समझ ना होए। सो मेरे ख्याल दे विच इहदे उत्ते अजे सिखां ने अपने तौर दे उत्ते अपने अंदर कोई बहुता वड्डा विचार मंथन इस रूप च कीता नहीं है, वो करन दी लोड़ है। इहदे विचों ही साडे आण वाले जिहड़ा भविख है उहदे रस्ते निकलने। जिहड़ी आखिरी बेनती मैं इह करनी कि जिहड़ा इतिहास सुनाया जांदा जां कौमां दे विच अपनी जिहड़ी याद है वह सुनी सुनाई जांदी, वह कनरस का विशा नहीं है, वह मनोरंजन का विशा नहीं हुंदी है। इतिहास सुनाया जां इतिहास सुनिया वो सफल हुंदा जिहदे विचों कोई भविख दे रस्ते जां भविख दे नक्श दिसण। जे आपां उहदे विचों भविख दे कोई नक्श देखिए ते उस भविख दे रस्ते पछाणीए ते उस रस्ते दे उत्ते चलण दे लई उत्साह ना प्राप्त होए ते इतिहास सुनिया सुनाया मनोरंजन तो वध नहीं हुंदा। सो मैं जिहड़े 5 मिनट है उन्हां च इह बेनती करनी कि अज असीं किथे खड़े हां, साडा वर्तमान किथे आ ते साडा भविख किस तरह का दिस रिहा। उहदे संबंधी मैं इह बेनती करनी कि सिख पूरा एक चक्कर कट के जिस स्थिति दे विच 75-77 च सीगे अज 2022 च वी उत्थे आ गए ने दुबारा। वो इस तरह कि उस वक्त भी सिखां ने अपनी उस समर्था का मुजहरा किया जिस समर्था की बख्शिश गुरु हरगोबिंद पातशाह ने उन्हां ते कीती सीगी कि उन्हां ने पीरी दे नाल नाल मीरी वो भी लैके चलनी, दोए पक्ष तो सुतंत्र विचरना ते कल्ला अपने लिए नहीं, हर निताणे की रखिया दे लई ते हर जरवाणे की भखिया दे लई कार्ज करना, जतलचीन रहना, ये एक सिख का फर्ज है। हुण जे आपां पिछले 3-4 साल दीयां घटनावां देखिए तो उस तो स्पष्ट रूप दे विच इस गल समझ आ जाती कि सिखां ने जिस प्रकार जिहड़ियां कुदरती आपतावां आईयां, चाहे को हड़ आए जां कोविड वर्गियां समस्यावां आईयां जां किते पोलिटिकल डिस्टरबेंस करके लोकां नूं एक कम्यूनिटी नूं औख पेश आई, उत्थे चाहे जां डीमोनेटाइजेशन वर्गियां सरकार दीयां ही पैदा कीतियां होईयां जां लॉकडाउन वर्गियां सरकार दीयां ही पैदा कीतियां होईयां समस्यां सीगियां, उन्हां नूं डील करना सीगा। तो जिथे सरकार लोकां नूं जिहड़ियां बुनियादी चीज़ां ने रोटी कपड़ा मकान दियाँ वो नहीं मुहैया करा सकी, उत्थे सिखां ने संगती रूप दे विच, ये नहीं कोई एक जथेबंदी की गल, हर जगह हर गुरद्वारे ने हर इंडिविजुअल सिख ने अपनी समर्था तो वध जो गुरु ने हर निताणे दे लई हर लोड़वंद दे मदद करन दे लई एक सिख नूं एक रस्ता दिखाया सीगा उहदे ते सिख खड़े। जिस तरह इस गुरद्वारे ने भी किसान एजीटेशन दे विच बहुत वड्डी भूमिका निभाई, इस तरह दुनिया भर के जिहड़े गुरद्वारा साहिबान ते इंडिविजुअल सिख उन्होंने भूमिका निभाई, उस दे करके सिखां दी बड़ी सॉफ्ट पावर दुनिया भर के क्रिएट हो गई। उस तो बाद किसान एजीटेशन आ गया, किसान एजीटेशन दे विच जिहड़े 3 कानून आए उहदे संबंधी आपां भली भांत जाणू आ कि वह 3 कानून कुछ एक गिने चुने कारपोरेट्स दे फायदे दे लई बनाए गए सीगे ते उहदा इंडिया दी
ਸਾਰੀਆਂ ਸਟੇਟਾਂ 38 ਸਟੇਟਾਂ ਦੇ ਵਿੱਚ ਹੀ ਉਹ ਲਾਗੂ ਹੋਣਾ ਸੀਗਾ। ਪਰ ਉਹਦਾ ਜਿਹੜਾ ਸਭ ਤੋਂ ਵੱਜਵਾਂ ਅਤੇ ਲਗਾਤਾਰ ਵਿਰੋਧ ਹੈ ਉਹ ਪੰਜਾਬ 'ਚੋਂ ਹੋਇਆ, ਅਤੇ ਉਸ ਵਿਰੋਧ ਦੇ ਸਦਕਾ ਜਿਹੜੀ ਹੁਣ ਦਿੱਲੀ ਦਰਬਾਰ ਦੇ ਬਾਦਸ਼ਾਹ ਨੇ ਜਾਂ ਦਿੱਲੀ ਸ਼ਰਵਾਰ ਦਾ ਜਿਹੜਾ ਹੁਣ ਦਰਬਾਰੀ ਲੋਕ ਨੇ, ਇਹ ਕਦੇ ਵੀ ਪਿਛਲੇ 8 ਸਾਲ ਦੇ ਵਿੱਚ ਕਿਸੇ ਮਸਲੇ ਦੇ ਉੱਤੇ ਵੀ ਜਿਹੜਾ ਕਦਮ ਅੱਗੇ ਪੱਟਿਆ ਪਿੱਛੇ ਨਹੀਂ ਮੁੜੇ। ਇਸ ਮਸਲੇ ਦੇ ਵਿੱਚ ਐਸੇ ਮਹਾਰਾਜ ਨੇ ਹਾਲਾਤ ਬਣਾਏ ਕਿ ਇਹਨਾਂ ਨੂੰ ਪਿੱਛੇ ਮੁੜਨਾ ਪੈ ਗਿਆ, ਅਤੇ ਉਸ ਕਰਕੇ ਸਿੱਖਾਂ ਦੀ ਜਿਹੜੀ ਹਾਰਡ ਪਾਵਰ ਹੈ ਸਟਰਗਲ ਕਰਨ ਦੀ, ਇਕੱਲੇ ਆਪਣੇ ਲਈ ਨਹੀਂ ਬਾਕੀਆਂ ਲਈ ਵੀ, ਉਹ ਦੁਬਾਰਾ ਰੀਅਸਟੇਬਲਿਸ਼ ਹੋ ਗਈ ਹੈ। ਜਿਹੜੀ ਮੇਰੇ ਖਿਆਲ ਦੇ ਵਿੱਚ ਸਟੇਟ ਨੂੰ ਇਹ ਲੱਗਦਾ ਸੀਗਾ ਕਿ ਸਿੱਖ ਵੀ ਬਹੁਤ ਲੋਕਾਂ ਵਾਂਗੂ ਪਦਾਰਥਵਾਦੀ ਹੋ ਗਏ ਆ, ਸਿੱਖਾਂ ਕੋਲ ਬੜਾ ਪੈਸਾ ਹੋ ਗਿਆ, ਐਸ਼ੋ ਆਰਾਮ 'ਚ ਹੋ ਗਏ ਆ, ਹੁਣ ਇਹ ਸਟਰਗਲ ਕਰਨ ਜੋਗੇ ਨਹੀਂ ਰਹੇ, ਜਾਂ ਸੱਭਿਆਚਾਰਕ ਤੌਰ ਦੇ ਉੱਤੇ ਵੀ ਬਹੁਤੇ ਵੈਸਟਰਨਾਈਜ਼ ਹੋ ਗਏ ਆ। ਪਰ ਸਿੱਖਾਂ ਨੇ ਇਨ ਜਨਰਲ ਇਹ ਆਪਣੀ ਕਪੈਸਿਟੀ ਦੁਆਰਾ ਸਥਾਪਿਤ ਕੀਤੀ ਕਿ ਸਿੱਖ ਅੱਜ ਵੀ ਹਰੇਕ ਲੋੜਵੰਦ ਦੀ ਮਦਦ ਦੇ ਲਈ ਅਤੇ ਹਰੇਕ ਨਿਤਾਣੇ ਦੇ ਹੱਕ ਦੇ ਵਿੱਚ ਖੜ੍ਹਨ ਦੀ ਉਨੀ ਸਮਰੱਥਾ ਰੱਖਦਾ ਜਿੰਨੀ ਇਹ ਪਹਿਲਾਂ ਕਿਸੇ ਵਕਤ ਇਤਿਹਾਸ 'ਚ ਰੱਖਦਾ ਰਿਹਾ। ਅਤੇ ਉਹਦਾ ਨਤੀਜਾ ਆਉਣ ਵਾਲੇ ਸਮਿਆਂ ਦੇ ਵਿੱਚ ਉਹੀ ਹੋਣਾ ਜੋ 84 ਵੇਲੇ ਹੋਇਆ ਸੀਗਾ। ਅੱਜ ਸਿੱਖਾਂ ਦੀ ਸਮਰੱਥਾ 84 ਤੋਂ ਵੀ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਆ, ਸਿੱਖਾਂ ਦੀ ਜਿਹੜੀ ਸੋਭਾ ਹੈ ਉਹ ਪਹਿਲਾਂ ਤੋਂ ਵੀ ਬਹੁਤ ਜ਼ਿਆਦਾ। ਉਸ ਵਕਤ ਸਿੱਖ ਇੱਕ ਪਰਟੀਕੁਲਰ ਜੀਓਗ੍ਰਾਫੀਕਲ ਏਰੀਏ ਦੇ ਵਿੱਚ ਹੀ ਸੀਗੇ, ਅੱਜ ਸਿੱਖ ਪੂਰੀ ਦੁਨੀਆ ਦੇ ਵਿੱਚ ਹੈ ਔਰ ਬਹੁਤ ਵੱਡੇ ਮੁਲਕਾਂ ਦੇ ਵਿੱਚ ਬਹੁਤ ਵੱਡੇ ਪੋਲੀਟੀਕਲ ਅਹੁਦਿਆਂ 'ਤੇ ਨੇ ਔਰ ਬਹੁਤ ਵੱਡੀਆਂ ਕੰਪਨੀਆਂ ਜਿਹੜੀਆਂ ਮਲਟੀਨੈਸ਼ਨਲ ਨੇ ਉਹਨਾਂ ਦੇ ਵਿੱਚ ਡਿਸੀਜਨ ਮੇਕਿੰਗ ਬੋਰਡ ਦੇ ਵਿੱਚ ਸਿੱਖ ਚਲੇ ਗਏ ਨੇ। ਤੋ ਸਿੱਖਾਂ ਦੀ ਇੰਡੀਵਿਜੁਅਲ ਅਤੇ ਕਲੈਕਟਿਵ ਜਿਹੜੀ ਕਪੈਸਿਟੀ ਉਹ ਪਹਿਲਾਂ ਤੋਂ ਬਹੁਤ ਜ਼ਿਆਦਾ ਵੱਡੀ। ਤੋ ਇਸ ਕਰਕੇ ਇਸ ਵਾਰ ਹਮਲਾ ਵੀ ਵੱਡਾ ਹੋਣਾ, ਬਟ ਹਮਲੇ ਦੇ ਤਰੀਕੇ ਉਹ ਨਹੀਂ ਹੋਣਗੇ, ਸ਼ਾਇਦ ਲੜਾਈ ਲੜਨ ਦੇ ਤਰੀਕੇ ਬਹੁਤ ਸਫਿਸਟੀਕੇਟਡ ਹੋ ਗਏ ਆ, ਬਹੁਤ ਗੁੰਝਲਦਾਰ ਹੋ ਗਏ ਆ। ਤੋ ਮੈਂ ਸਮਝਣਾ ਕਿ ਸਿੱਖਾਂ ਨੂੰ ਆਉਣ ਵਾਲੇ ਸਮੇਂ ਲਈ ਤਿਆਰ ਹੋਣਾ ਪੈਣਾ, ਅਤੇ ਉਹਦੇ ਲਈ 3 ਗੱਲਾਂ ਸਿੱਖਾਂ ਨੂੰ ਜ਼ਰੂਰ ਕਰਨੀਆਂ ਪੈਣੀਆਂ ਨੇ। ਉਹ ਇੱਕ ਇਹ ਕਿ ਸਿੱਖਾਂ ਨੇ ਆਪਣੇ ਫੈਸਲੇ ਕਿਵੇਂ ਲੈਣੇ ਨੇ, ਡਿਸੀਜਨ ਮੇਕਿੰਗ ਕਿਵੇਂ ਹੋਣੀ। ਸਿੱਖਾਂ ਦੇ ਵਿੱਚ ਹੁਣ ਜੋ ਡਿਸੀਜਨ ਮੇਕਿੰਗ ਹੋ ਰਹੀ ਆ ਉਹ ਇਸ ਪ੍ਰਕਾਰ ਹੋ ਰਹੀ ਹੈ ਕਿ ਜਦੋਂ ਕੋਈ ਘਟਨਾ ਹੁੰਦੀ, ਜਦੋਂ ਜੋ ਕ੍ਰਾਈਸਿਸ ਖੜ੍ਹਦਾ, ਉਹਦੇ ਵਿੱਚ ਜਿਹੜਾ ਸਭ ਤੋਂ ਵੱਧ ਇਮੋਸ਼ਨਲ ਗੱਲਾਂ ਕਰ ਲਏ ਜਾਂ ਜਿਹੜਾ ਸਭ ਤੋਂ ਜ਼ਿਆਦਾ ਗਰਮ ਗੱਲਾਂ ਕਰ ਲਏ, ਸਭ ਤੋਂ ਉੱਚੀ ਗੱਲਾਂ ਕਰ ਲਏ, ਉਹ ਆਪਣੀ ਮਰਜ਼ੀ ਮਨਾ ਲੈਂਦਾ। ਹਾਲਾਂਕਿ ਸੰਗਤ ਉਹਦੇ ਨਾਲ ਚਾਹੇ ਉਸ ਮਸਲੇ ਦੇ ਵਿੱਚ ਉਹਦੇ ਨਾਲ ਰਾਜ਼ੀ ਹੋਏ ਚਾਹੇ ਨਾ ਹੋਏ, ਜਾਂ ਆਪਣੀ ਅਹੁਦੇ ਦੀ ਧੌਂਸ ਕਰਕੇ ਹੀ ਮਨਾ ਲੈਂਦੇ। ਸਿੱਖਾਂ ਦੇ ਵਿੱਚ ਡਿਸੀਜਨ ਮੇਕਿੰਗ ਜਿਹੜੀ ਹੁੰਦੀ ਸੀਗੀ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰਮਤੇ ਹੁੰਦੇ ਸੀਗੇ 5 ਸਿੰਘਾਂ ਦੇ ਰਾਹੀਂ। ਤੋ ਉਹਨਾਂ ਦੇ ਉਸ ਤਰੀਕੇ ਨਾਲ ਹੀ ਸਿੱਖ ਸਹੀ ਫੈਸਲੇ ਲੈ ਸਕਦੇ। ਤੋ ਇਹ ਪੱਛਮ ਦੇ ਮਗਰ ਲੱਗ ਕੇ ਸਿੱਖਾਂ ਨੇ ਆਪਣਾ ਜਿਹੜਾ ਡਿਸੀਜਨ ਮੇਕਿੰਗ ਦਾ ਪ੍ਰੋਸੈਸ ਹੈ ਉਹ ਤੋੜ ਲਿਆ, ਉਹਨੂੰ ਦੁਬਾਰਾ ਬਹਾਲ ਕਰਨ ਦੀ ਲੋੜ। ਇੱਕ ਦੂਜਾ, ਸਿੱਖਾਂ ਨੇ ਆਪਣੀ ਲੀਡਰ ਆਪਣੇ ਆਗੂ ਕਿਵੇਂ ਚੁਣਨੇ ਆ, ਹੁਣ ਆਗੂ ਕਿਵੇਂ ਚੁਣੇ ਜਾਂਦੇ ਆ, ਜਿਹੜਾ ਵੱਧ ਵੋਟਾਂ ਲੈ ਜਾਏ। ਤੋ ਵੋਟਾਂ ਲੈਣ ਦੇ ਲਈ ਆਪਾਂ ਨੂੰ ਪਤਾ ਪੈਸਾ ਵੀ ਚੱਲਦਾ, ਦਬਾਅ ਵੀ ਚੱਲਦਾ, ਅਤੇ ਹੁਣ ਸੋਸ਼ਲ ਮੀਡੀਆ ਆ ਗਿਆ, ਉਹਦੇ ਵਿੱਚ ਤੁਹਾਨੂੰ ਇਮੋਸ਼ਨਲੀ ਬਲੈਕਮੇਲ ਕਰਕੇ, ਤੁਹਾਨੂੰ ਇਮੋਸ਼ਨਲੀ ਚਾਰਜ ਕਰਕੇ ਜਾਂ ਪ੍ਰਵੋਕ ਕਰਕੇ ਬਹੁਤ ਤਰੀਕੇ ਆਏ ਆ ਜਿਹਦੇ ਨਾਲ ਸੋਸ਼ਲੀ ਉਹ ਤੁਹਾਡੀ ਮੈਂਟੈਲਿਟੀ ਨੂੰ ਹੀ ਕਾਬੂ ਕਰਕੇ ਤੁਹਾਡੀ ਵੋਟ ਲੈ ਜਾਂਦੇ ਆ। ਤੋ ਸਿੱਖਾਂ ਨੂੰ ਆਪਣੇ ਲੀਡਰ, ਜੋ ਪੁਰਾਣਾ ਤਰੀਕਾ ਸੀਗਾ ਕਿ ਸਿੱਖਾਂ ਦੇ ਵਿੱਚ ਪਹਿਲਾਂ ਲੀਡਰ ਜਿਹੜੇ ਸੇਵਾ ਕਰਦੇ ਸੀਗੇ, ਘਾਲ ਕਮਾਈ ਕਰਦੇ ਸੀਗੇ, ਗੁਰੂ ਦੀ ਰਵਾਇਤ ਅਨੁਸਾਰ ਆਪਣਾ ਜੀਵਨ ਜਿਉਂਦੇ ਸੀਗੇ, ਰਹਿਤ 'ਚ ਪੱਕੇ ਸੀਗੇ, ਉਹ ਬਣਦੇ ਸੀਗੇ। ਤੋ ਸਿੱਖਾਂ ਨੂੰ ਆਪਣੇ ਲੀਡਰ ਚੁਣਨ ਦੀ ਵੀ, ਜੋ ਆਪਣੀ ਪੁਰਾਣੀ ਰਵਾਇਤ ਹੈ ਉਹ ਦੁਬਾਰਾ ਅਸਟੈਬਲਿਸ਼ ਕਰਨੀ ਪੈਣੀ। ਅਤੇ ਤੀਜੀ ਗੱਲ, ਸਿੱਖਾਂ ਨੂੰ ਔਰਗੇਨਾਈਜ਼ ਕਿੱਦਾਂ ਹੋਣਾ। ਸਿੱਖਾਂ ਨੇ ਅੱਜ ਤੱਕ ਸਿੱਖ ਇੱਕ ਸੈਂਟਰਲ ਔਰਗੇਨਾਈਜੇਸ਼ਨ ਰਾਹੀਂ ਔਰਗੇਨਾਈਜ਼ ਹੁੰਦੇ ਆਏ ਆ, ਬਟ ਅੱਜ ਸਿੱਖਾਂ ਕੋਲ ਕੋਈ ਸੈਂਟਰਲ ਔਰਗੇਨਾਈਜੇਸ਼ਨ ਨਹੀਂ ਬਚੀ ਹੈ ਜਿਹਦੀ ਕ੍ਰੈਡੀਬਿਲਟੀ ਹੋਏ, ਜਿਹਦੇ ਇੱਕ ਪਲੇਟਫਾਰਮ 'ਤੇ ਸਾਰੇ ਸਿੱਖ ਇਕੱਠੇ ਹੋ ਸਕਣ। ਤੋ ਸਿੱਖਾਂ ਨੂੰ ਔਰਗੇਨਾਈਜ਼ ਹੋਣ ਲਈ ਵੀ ਜੋ ਸਿੱਖਾਂ ਦਾ ਪੁਰਾਣਾ ਤਰੀਕਾ, ਜਿਹਨੂੰ ਹੰਨੇ ਹੰਨੇ ਮੀਰੀ ਕਹਿੰਦੇ ਆ, ਕਿ ਗੁਰੂ ਨਾਨਕ ਪਾਤਸ਼ਾਹ ਨੇ ਹਰ ਜਗ੍ਹਾ ਜਾ ਕੇ ਸੰਗਤਾਂ ਉਸਾਰੀਆਂ ਸੀਗੀਆਂ, ਅਤੇ ਹਰੇਕ ਇਲਾਕੇ ਦੀ ਸੰਗਤ ਆਪਣੇ ਆਪ 'ਚ ਪੂਰਨ ਹੁੰਦੀ ਹੈ। ਅੱਜ ਵੀ ਤੁਸੀਂ ਪੂਰਬ ਦੇ ਵਿੱਚ ਜਾਓ, ਪਟਨਾ ਸਾਹਿਬ ਹੀ ਜਾਓ, ਉੱਥੇ ਗੁਰਦੁਆਰੇ ਦਾ ਨਾਂ ਹੈ ਮੈਣੀ ਸੰਗਤ, ਕਲਕੱਤੇ ਜਾਓ ਉੱਥੇ ਗੁਰਦੁਆਰਾ ਸਾਹਿਬ ਦਾ ਨਾਂ ਹੈ ਵੱਡੀ ਸੰਗਤ। ਕਿ ਮਹਾਰਾਜ ਇੱਕ ਜਗ੍ਹਾ ਸੰਗਤ ਉਸਾਰਦੇ ਸੀਗੇ ਅਤੇ ਉਸ ਸੰਗਤ ਦੇ ਵਿੱਚੋਂ ਹੀ ਜਿਹੜੇ ਜਥੇ ਬਣਦੇ ਸੀਗੇ।
ਉਹ ਜਥੇ ਹੌਲੀ ਹੌਲੀ ਉੱਪਰ ਜਾ ਕੇ ਇਕੱਠੇ ਹੁੰਦੇ ਸੀਗੇ, ਯਾਨੀ ਕਿ ਜਿਹੜੀ ਔਰਗੇਨਾਈਜੇਸ਼ਨ ਦੀ ਅਪਰੋਚ ਹੈ ਉਹ ਟੌਪ ਟੂ ਬੋਟਮ ਦੀ ਬਜਾਏ ਬੋਟਮ ਟੂ ਟੌਪ ਹੋਣੀ ਚਾਹੀਦੀ ਆ। ਸਿੱਖਾਂ ਨੇ ਇਹ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਵੀ ਅਤੇ ਜਦੋਂ ਸਿੱਖ ਰਾਜ ਟੁੱਟਿਆ ਉਸ ਤੋਂ ਬਾਅਦ ਵੀ ਸਿੱਖਾਂ ਨੂੰ ਜਦੋਂ ਵੀ ਦਿੱਲੀ ਦੇ ਤਖ਼ਤ ਨੇ ਇਹ ਕੀਤਾ ਕਿ ਉਹਨਾਂ ਦੀਆਂ ਸੈਂਟਰਲ ਔਰਗੇਨਾਈਜੇਸ਼ਨ ਬਿਲਕੁਲ ਤੋੜ ਅਤੇ ਡੀਫੰਕਟ ਕਰ ਦਿੱਤੀਆਂ ਨੇ, ਉਸ ਵਕਤ ਸਿੱਖਾਂ ਨੇ ਆਪੋ ਆਪਣੇ ਇਲਾਕੇ ਦੇ ਵਿੱਚ ਜਥੇ ਸਾਜੇ ਅਤੇ ਉਹਨਾਂ ਜਥਿਆਂ ਨੂੰ ਹੀ ਮੁੜ ਕੇ ਜਿਹੜੇ ਪਰਖ 'ਚੋਂ ਪੂਰੇ ਨਿਕਲੇ ਉਹ ਉੱਪਰ ਜਾ ਕੇ ਇਕੱਠੇ ਹੋ ਗਏ। ਤਾਂ ਸਿੱਖਾਂ ਨੂੰ ਇਹ ਤਿੰਨ ਗੱਲਾਂ ਦੇ ਬਾਰੇ ਸੋਚਣ ਦੀ ਲੋੜ ਹੈ, ਔਰ ਉਸ ਤੋਂ ਬਿਨਾਂ ਸਿੱਖਾਂ ਦੇ ਵਿੱਚ ਜੋ ਗਿਆਨ ਦਾ ਪ੍ਰਵਾਹ ਹੈ, ਜਿੱਥੇ ਆਪਾਂ ਗੁਰ ਇਤਿਹਾਸ ਆਪਣੀ ਰਵਾਇਤ ਦੇ ਗੱਲਾਂ ਗੁਰੂ ਘਰ ਦੇ ਵਿੱਚੋਂ ਸਿੱਖਣੀਆਂ ਨੇ, ਉੱਥੇ ਜੋ ਦੁਨਿਆਵੀ ਵਰਤਾਰੇ ਦੁਨੀਆ ਭਰ ਦੇ ਵਿੱਚ ਚੱਲ ਰਹੇ ਨੇ, ਜਿਹੜੀ ਸਾਡੀ ਮਾਨਸਿਕਤਾ ਨੂੰ ਸਾਡੇ ਇੱਕ ਮਨੋਵਿਗਿਆਨਕ ਤੌਰ ਦੇ ਉੱਤੇ ਸਾਨੂੰ ਕਾਬੂ ਕਰਨ ਦੇ ਲਈ ਜੋ ਕਾਰਪੋਰੇਟਸ ਦੇ ਵੱਲੋਂ ਵੀ ਅਤੇ ਸਾਰੀਆਂ ਪੋਲੀਟੀਕਲ ਸਟੇਟਸ ਦੇ ਵੱਲੋਂ ਵੀ ਸਾਰਾ ਪ੍ਰੋਸੈਸ ਚੱਲ ਰਿਹਾ, ਉਹਨੂੰ ਵੀ ਬਹੁਤ ਸ਼ਿੱਦਤ ਦੇ ਨਾਲ ਸਮਝਣ ਦੀ ਲੋੜ ਹੈ। ਆਉਣ ਵਾਲਾ ਸਮਾਂ ਸਧਾਰਨ ਨਹੀਂ ਹੈ, ਅਸਧਾਰਨ ਸਮਾਂ। ਦੁਨੀਆ ਦੇ ਵਿੱਚ ਪੋਲੀਟੀਕਲ ਇਨਸਟੇਬਿਲਿਟੀ ਵੱਧ ਰਹੀ, ਵੋਲਾਟਾਈਲ ਹੋ ਰਹੀ ਦੁਨੀਆ। ਯੂਕਰੇਨ 'ਚ ਲੜਾਈ ਤੱਕ ਚੱਲਿਆ ਗਿਆ, ਸਾਊਥ ਚਾਈਨਾ ਸੀ ਅਤੇ ਆਪਣਾ ਖਿੱਤਾ ਕਦੋਂ ਇਸ ਕਲੈਸ਼ ਦੇ ਵਿੱਚ ਆ ਜਾਏ, ਇਹਦੀਆਂ ਬਹੁਤ ਜ਼ਿਆਦਾ ਪੇਸ਼ਨਗੋਈਆਂ ਨੇ। ਅਤੇ ਇੰਡੀਆ ਦੇ ਵਿੱਚ ਵੀ ਹਰੇਕ ਸਟੇਟ ਦੇ ਵਿੱਚ ਵੀ ਜਿਹੜੇ ਹਾਲਾਤ ਹੈ ਉਹ ਪਹਿਲਾਂ ਤੋਂ ਡੀਸਟੇਬਲਾਈਜੇਸ਼ਨ ਵੱਲ ਨੂੰ ਹੀ ਵੱਧ ਰਹੇ। ਸੋ ਸਧਾਰਨ ਹਾਲਾਤ ਨਹੀਂ ਹਨ ਭਵਿੱਖ ਦੇ। ਤੋ ਮਹਾਰਾਜ ਕਿਰਪਾ ਕਰਨ, ਮਹਾਰਾਜ ਐਸੀ ਬਲ ਬੁੱਧ ਬਖਸ਼ਣ ਆਪਾਂ ਨੂੰ ਕਿ ਆਪਾਂ ਆਪਣਾ ਨਿਆਰਾ ਆਪਣੀ ਸੁਤੰਤਰਤਾ ਵੀ ਬੁਲੰਦ ਕਰ ਸਕੀਏ, ਔਰ ਹੋਰ ਜੋ ਵੀ ਇਸ ਖਿੱਤੇ ਦੇ ਨਿਤਾਣੇ ਲੋਕ ਹੈ ਉਹਨਾਂ ਦੀ ਵੀ ਧਿਰ ਬਣ ਸਕੀਏ। ਇੰਨੀਆਂ ਕੁ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾੜਕੂ ਸੰਘਰਸ਼ ਦੀ ਸਾਖੀ, ਪਹਿਲੀ ਝਲਕ ਦਾ ਅਸਰ। ਪਹਿਲੀ ਝਲਕ ਤੋਂ ਹੀ ਖਾਲਸੇ ਦੀ ਇਲਾਹੀ ਸ਼ਾਨ ਦਾ ਪ੍ਰਭਾਵ ਸਿਰਜਿਆ ਗਿਆ। ਇਸ ਤਸਵੀਰ ਵਿੱਚ ਦੋ ਦੇਹਾਂ ਜ਼ਿੰਦਗੀ ਦੀਆਂ ਗੁੱਝੀਆਂ ਰਮਜ਼ਾਂ ਦੀ ਪੇਸ਼ਕਾਰੀ ਕਰਦੀਆਂ ਦਿਸਦੀਆਂ ਨੇ। ਉਹਨਾਂ ਦੁਆਲੇ ਜ਼ਿੰਦਗੀ ਦਾ ਸੰਪੂਰਨ ਚੱਕਰ ਹੈ। ਉਸ ਚੱਕਰ ਦੇ ਨਾਲ ਫੁੱਲਾਂ ਰੂਪੀ ਜ਼ਿੰਦਗੀ ਦੇ ਖੇੜੇ, ਵਿਗਾਸ ਅਤੇ ਭਰਪੂਰਤਾ ਦਾ ਨਿਵਾਸ ਹੈ। ਤਸਵੀਰ ਵਿਚਲੀਆਂ ਦੋ ਦੇਹਾਂ ਦੁਆਲੇ ਜ਼ਿੰਦਗੀ ਦਾ ਭਰਪੂਰ ਜਸ਼ਨ ਵਾਲਾ ਇੱਕ ਪ੍ਰਤੀਕ ਮੰਡਲ ਸਿਰਜਿਆ ਗਿਆ। ਜ਼ਿੰਦਗੀ ਦੀ ਬੈਰੂਨੀ ਕੋਮਲਤਾ ਦੇ ਅੰਦਰੂਨੀ ਹਿੱਸੇ ਵਿੱਚ ਉਮਰ ਦਰਾਜ਼ ਸਿਆਣਪ ਐਲ ਟਿਕਾ ਵਿੱਚ ਸ਼ਸਤਰਧਾਰੀ ਹੋ ਕੇ ਪਦਮ ਆਸਨ ਜਮਾਈ ਬੈਠੀ ਹੈ ਅਤੇ ਉਸਦੇ ਅਦਬ ਵਿੱਚ ਬਾਜ਼ ਵਾਂਗ ਅੰਬਰੀ ਉਡਾਰੀਆਂ ਲਾਉਣ ਦੀ ਤਿਆਰ ਬਰ ਤਿਆਰ ਸ਼ਸਤਰਧਾਰੀ ਜਵਾਨੀ ਵੀਰ ਆਸਣ ਹੈ। ਜ਼ਿੰਦਗੀ ਦਾ ਸੰਪੂਰਨ ਚੱਕਰ ਅਤੇ ਉਸਦਾ ਵਿਕਾਸ ਇਹਨਾਂ ਦੋ ਸੱਚਾਈਆਂ ਦੇ ਦੁਆਲੇ ਸੰਭਵ ਹੈ। ਦੋਹਾਂ ਦੇਹਾਂ ਦੇ ਹੇਠਲੀ ਹਰੀ ਜ਼ਮੀਨ ਜੀਵਨ ਦੀ ਉਸ ਸਿਰਜਣਾਤਮਕ ਸ਼ਕਤੀ ਵੱਲ ਸੰਕੇਤ ਹੈ ਜਿਸ ਵਿੱਚੋਂ ਅਸੀਮ ਅਤੇ ਸ਼ਾਨਦਾਰ ਇਤਿਹਾਸ ਦੀ ਸਿਰਜਣਾ ਹੁੰਦੀ ਹੈ। ਬਾਣਾ ਅਤੇ ਸ਼ਸਤਰ ਖਾਲਸਾ ਰਵਾਇਤ ਦੇ ਤਰਜਮਾਨ ਨੇ, ਭਾਵ ਰਵਾਇਤ, ਅਕਲ, ਸ਼ਸਤਰ ਅਤੇ ਜੰਗ ਦੇ ਤਵਾਜ਼ਨ ਨਾਲ ਹੀ ਮਲੂਕ ਜ਼ਿੰਦਗੀ ਮੌਲ ਸਕਦੀ ਹੈ। ਸਿਰਲੇਖ ਖਾੜਕੂ ਸੰਘਰਸ਼ ਦੀ ਸਾਖੀ 20ਵੀਂ ਸਦੀ ਦੌਰਾਨ ਸੰਤ ਜਰਨੈਲ ਸਿੰਘ ਜੀ ਦੀ ਅਗਵਾਈ ਹੇਠ ਦਿੱਲੀ ਤਖ਼ਤ ਵਿਰੁੱਧ ਲੜੇ ਗਏ ਹਥਿਆਰਬੰਦ ਖਾੜਕੂ ਸੰਘਰਸ਼ ਦੇ ਇਤਿਹਾਸਕ ਵਰਣਨ ਦੀ ਦੱਸ ਪਾ ਰਿਹਾ। ਸਿਰਲੇਖ ਦੇ ਹੇਠਾਂ ਲਿਖਿਆ, ਅਣਜਾਣੇ, ਅਣਗੌਲੇ, ਸਿਦਕੀ ਅਤੇ ਯੋਧੇ ਇੱਕ ਇਤਿਹਾਸ ਦ੍ਰਿਸ਼ਟੀ ਹੈ। ਇਹ ਇਤਿਹਾਸ ਸਿਰਜਣਾ ਦੇ ਉਸ ਅਰੂਪ ਵਹਿਣ ਦੀ ਪਛਾਣ ਦਾ ਯਤਨ ਹੈ ਜਿਸ ਨਾਲ ਇਤਿਹਾਸ ਜ਼ੋਰਾਵਰ ਸਮੂਹਿਕ ਚੇਤਨਾ ਲਹਿਰ ਵਿੱਚ ਤਬਦੀਲ ਹੋ ਜਾਂਦਾ। ਇਹ ਚੇਤਨਾ ਲਹਿਰ ਜੀਵਨ ਦੇ ਵਿਭਿੰਨ ਰੰਗਾਂ ਨੂੰ ਚੱਲ ਰਹੇ ਸੰਘਰਸ਼ ਵਿੱਚ ਨਿਵੇਕਲੇ ਅੰਦਾਜ਼ ਵਿੱਚ ਹੀ ਸ਼ਾਮਲ ਕਰਦੀ ਹੈ। ਸਿਰਲੇਖ ਦਰਸਾਉਂਦਾ ਹੈ ਕਿ ਭਾਈ ਦਲਜੀਤ ਸਿੰਘ ਕਿਸੇ ਦਰਿਆ 'ਤੇ ਉਸਰੇ ਪੁਲ ਦੀ ਥਾਂ ਉਸ ਪੁਲ ਦੀਆਂ ਉਹਨਾਂ ਬੁਰਜੀਆਂ ਦੀ ਬਾਤ ਪਾਉਣਾ ਚਾਹੁੰਦੇ ਨੇ ਜੋ ਵਹਿਣ ਦੇ ਥੱਲੇ ਬਹੁਤ ਡੂੰਘੇ ਥਾਂ ਨਿੱਗਰ ਜ਼ਮੀਨ 'ਤੇ ਆਸਣ ਜਮਾਈ ਬੈਠੀਆਂ ਨੇ ਅਤੇ ਉਹਨਾਂ ਦੇ ਉੱਪਰ ਪੁਲ ਟਿਕਿਆ ਹੋਇਆ, ਪਰ ਉਹ ਕਿਸੇ ਨੂੰ ਦਿਸਦੀਆਂ ਨਹੀਂ। ਹੁਣ ਤਸਵੀਰ ਅਤੇ ਸਿਰਲੇਖ ਨੂੰ ਜੋੜਿਆਂ ਇੱਕ ਮੁਕੰਮਲ ਦ੍ਰਿਸ਼ ਬਣਦਾ ਜਿਸ ਵਿੱਚੋਂ ਖਾੜਕੂ ਸੰਘਰਸ਼ ਦੇ ਇਤਿਹਾਸ ਨੂੰ ਸਮਝਣ ਲਈ ਇੱਕ ਸੂਖਮ ਰਮਜ਼ ਪ੍ਰਾਪਤ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।